अगला दोनों टीमों मेरी बेनती है जल्दी दे नाल ग्राउंड विच हिम्मतपुरा वर्सी जमाल अगला जल्दी आओ मेरी बेनती है जी हिम्मतपुरे परगट वर्गे गोलू वर्गे नाल ही माले दे पाल वर्गे शम्मे वर्गे नारे उन्होंने बेनती है ग्राउंड भलवान जी खाली पिया है ग्राउंड विच आओ माला कलां ते हिम्मतपुरा माला कलां ते हिम्मतपुरे दीआं टीमां नूं बेनती है ग्राउंड दे विच आ जाण माला कलां ते हिम्मतपुरा उस दे नाल लोपो वर्सिज मेजबान याद कबड्डी क्लब कल कलां लोपो ते याद कबड्डी क्लब कल कलां दी ये भी दोनों टीमां जिहड़ियां जल्दी दे नाल आ जाण उस तो पहला हिम्मतपुरा ते माला कलां दी टीमां दा मैच जिहड़ा बड़ा तगड़ा खेडिया जाणा है हिम्मतपुरा ते माला कलां लोपो ते याद क्लब कल कलां आओ जी हिम्मतपुरा ते माला कलां मेरे वीरां नूं बेनती है ग्राउंड विच आ जाओ दो ही टीमां हिम्मतपुरा ते माला कलां दीआं टीमां नूं बेनती है भी टीमां जिहड़ियां जल्दी दे नाल ग्राउंड दे विच पुज जाण हिम्मतपुरा वर्सेज माला कलां माला कलां ते हिम्मतपुरे दीआं टीमां नूं मेरी बेनती है भी जल्दी दे नाल टीमां जिहड़ियां ग्राउंड दे विच आ जाण ग्राउंड जिहड़ा भलवान जी खाली पिया टीमां दोनों जल्दी आओ जी दोनों टीमां नूं बेनती है जल्दी दे नाल आओ हिम्मतपुरा ते माला कलां आ जाओ भलवान जल्दी यार मेरे वीर हिम्मतपुरा ते कल कलां अपना माला कलां नाल ही कल कलां ते लोपो माला कलां जी माला कलां दे हिम्मतपुरा यार वीर हुण 2 मिनट दा टाइम है बहुत वाजा मारती है प्यार नाल बेनती है दोनों टीमां नूं मेरे वीर जल्दी हुण ग्राउंड विच आओ क्योंकि बहुत टाइम दित्ता तुहानूं हुण साडे भी काम वसो बाहर हुंदा जा रिहा है क्योंकि दर्शक वीर इन्हां मैचां नूं देखण दे लई आए होए है भाई टाइम बहुत थोड़ा है असीं टीमां नूं वार वार बेनती करते हैं कि जल्दी तो जल्दी कपड़े उतार के ग्राउंड दे विच पहुँच जाण ते होर भी एक जरूरी सूचना तुहानूं दस दईए असीं टाइम दे नाल इत्थों इह ग्राउंड खाली करनी है क्योंकि कल नूं स्टेडियम दे विच संगत दर्शन का प्रोग्राम हो रहा है ਇੱਥੇ ਸੰਗਤ ਦਰਸ਼ਨ ਦਾ ਪ੍ਰੋਗਰਾਮ ਦੰਦੂਪੱਤੀ ਦਾ ਇਕੱਠ ਸਵੇਰੇ 10 ਵਜੇ ਹੋਣਾ ਹੈ ਜਿੱਥੇ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬਾਨ ਉਪ ਮੁੱਖ ਮੰਤਰੀ ਸਾਹਿਬਾਨ ਅਤੇ ਹੋਰ ਮੰਤਰੀ ਸਾਹਿਬਾਨ ਸਾਰੇ ਆ ਰਹੇ ਹੈ
ਤੇ ਸਾਰੇ ਇਲਾਕਾ ਨਿਵਾਸੀ ਸੱਜਣਾਂ ਨੂੰ ਪਿੰਡ ਵਾਲਿਆਂ ਨੂੰ ਸਮੂਹ ਪੰਚਾਇਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੀਆਂ ਵੀ ਆਪਣੀਆਂ ਦੁੱਖ ਤਕਲੀਫਾਂ ਹੈਗੀਆਂ ਪਿੰਡ ਪ੍ਰਤੀ ਜਾਂ ਕਿਸੇ ਦੀਆਂ ਪਰਸਨਲ ਹੈਗੀਆਂ ਤੇ ਉਹ ਕੱਲ ਨੂੰ ਅਸੀਂ ਉਹਨਾਂ ਕੋਲੇ ਆਪਣੀਆਂ ਦੱਸ ਸਕਦੇ ਹਾਂ। ਇਸ ਕਰਕੇ ਸਾਡੇ ਇੱਥੇ ਜਿਹੜਾ ਆਪਣਾ ਟਾਈਮ ਹੈ ਪਹਿਲਾਂ 10 ਵਜੇ ਦਾ ਹੈ ਤੇ ਉਸ ਤੋਂ ਬਾਅਦ ਮਹਿਰਪਤੀ ਦਾ ਇਕੱਠ ਬਾਬਾ ਭੂਸ ਜੀ ਦੀ ਜਗ੍ਹਾ ਤੇ ਹੈ। ਇਸ ਤੋਂ ਬਾਅਦ ਇੱਥੋਂ ਹੋ ਕੇ ਤੇ ਉਹਨਾਂ ਨੇ ਬਾਬਾ ਭੂਸ ਜੀ ਦੀ ਜਗ੍ਹਾ ਤੇ ਚਲੇ ਜਾਣਾ। 10:30 ਵਜੇ ਦਾ ਉੱਥੋਂ ਦਾ ਇਕੱਠ ਹੈ। ਇਹ ਸਾਰੇ ਸੱਜਣ ਨੋਟ ਕਰ ਲੈਣ। ਇਸ ਕਰਕੇ ਪਲੇਅਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਨੇ ਆਪਣੇ ਟੈਂਟ ਵਗੈਰਾ ਇੱਥੇ ਲਾਉਣੇ ਆ ਤੇ ਅਸੀਂ 6:30 ਵਜੇ ਗਰਾਊਂਡ ਖਾਲੀ ਕਰਨੀ ਹੈ। ਵਾਰ ਵਾਰ ਫਿਰ ਉਹਨਾਂ ਟੀਮਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਕੱਪੜੇ ਉਤਾਰ ਕੇ ਆਪਣਾ ਹਿੰਮਤਪੁਰਾ ਤੇ ਮਾਲਾ ਗਲਾ ਬਾਈ ਯਾਰ ਬਹੁਤ ਬਹੁਤ ਟਾਈਮ ਹੋ ਗਿਆ ਮੇਰੇ ਵੀਰ, ਆਵਾਜ਼ਾਂ ਕਾਫੀ ਮਾਰਤੀਆਂ। ਦੋਨੋਂ ਟੀਮਾਂ ਨੂੰ ਬੇਨਤੀ ਆ ਮੇਰੇ ਵੀਰ ਜਲਦੀ ਆਓ ਮਾਲਾ ਗਲਾ ਤੇ ਹਿੰਮਤਪੁਰਾ। ਮਾਲੇ ਟੀਮ ਪਹਿਲਾਂ ਦੀ ਮੈਚ ਖੇਡ ਕੇ ਗਈ ਯਾਰ, ਉਹ ਤਾਂ ਟੀਮ ਨਾਲ ਹੀ ਹਿੰਮਤਪੁਰਾ ਹਿੰਮਤਪੁਰਾ ਵਰਸੀ ਮਾਲਾ ਕਲਾਂ ਦੋਨੋਂ ਟੀਮਾਂ ਨੂੰ ਬੇਨਤੀ ਹੈ ਜਲਦੀ ਦੇ ਨਾਲ ਆਓ ਮਾਲਾ ਕਲਾਂ ਤੇ ਹਿੰਮਤਪੁਰਾ। ਹੈਲੋ 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 ਵੀਰ ਜੀ, ਬੇਨਤੀ ਹੈ ਜਲਦੀ ਦੇ ਨਾਲ ਯਾਰ ਮਾਲਾ ਕਲਾਂ ਮਾਲਾ ਤੇ ਹਿੰਮਤਪੁਰਾ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਗਰਾਊਂਡ ਵਿੱਚ ਆਓ ਜੀ ਮਾਲਾ ਕਲਾਂ ਤੇ ਹਿੰਮਤਪੁਰਾ। ਮਾਲਾ ਕਲਾਂ ਤੇ ਹਿੰਮਤਪੁਰੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਦੋਨੋਂ ਹੀ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ। ਮਾਲਾ ਕਲਾਂ ਤੇ ਹਿੰਮਤਪੁਰਾ ਮਾਲਾ ਕਲਾਂ ਤੇ ਹਿੰਮਤਪੁਰੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਆਓ ਮੇਰੇ ਵੀਰ ਜਲਦੀ ਦੇ ਨਾਲ ਕਿਉਂਕਿ ਸਭਾ ਕਾਫੀ ਹੋ ਗਿਆ। ਇੱਧਰ ਮਾਲੇ ਦੀ ਟੀਮ ਆ ਗਈ ਹੈ ਦਿਲਬਾਗ ਜੀ ਹਿੰਮਤਪੁਰਾ। ਆ ਨੋਟ ਕਰਿਓ 15.5 ਦੇ 16 ਪੁਆਇੰਟਾਂ ਦੇ ਆਪਾਂ ਜਿਹੜਾ ਸਮਾਂ ਦੇਣਾ। ਠੀਕ ਹੈ ਜੀ, ਇੱਧਰ ਸਾਡੇ ਪੁਆਇੰਟਾਂ ਵਾਲੇ ਵੀਰ ਵੀ ਨੋਟ ਕਰ ਲੈਣ ਜੋ ਪ੍ਰਬੰਧਕ ਵੀਰਾਂ ਦਾ ਹੁਕਮ ਹੈ। 15.5 ਤੇ 16 ਪੁਆਇੰਟਾਂ ਦੇ ਜਿੱਤ ਹਾਰ ਹੋਣੀ ਹੈ। ਇੱਕ ਵਾਰੀ ਫੇਰ ਤੋਂ ਜਿੰਨੇ ਵੀ ਦਰਸ਼ਕ ਵੀਰ ਪੁੱਜੇ ਹੋਏ ਹੈ ਸਾਰੇ ਸੱਜਣਾਂ ਦਾ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸੱਜਣਾਂ ਨੂੰ ਜੀ ਆਇਆ ਧੰਨਵਾਦ ਹੈ। ਜਿੰਨੇ ਵੀ ਸਾਡੇ ਸੱਜਣ ਪੁੱਜੇ ਹੋਏ ਹੈ ਦਾਨੀ ਸੱਜਣਾਂ ਦਾ ਵੀ ਧੰਨਵਾਦ ਹੈ। ਇਸ ਸਮੇਂ ਮੈਚ ਜਿਹੜਾ ਹਿੰਮਤਪੁਰਾ ਤੇ ਮਾਲੇ ਦੀਆਂ ਟੀਮਾਂ ਦੇ ਦਰਮਿਆਨ ਕਰਾਇਆ ਜਾਣਾ। ਰੈਫਰੀ ਸਾਹਿਬਾਨ ਵੀ ਆ ਜਾਓ ਜੀ ਗਰਾਊਂਡ ਵਿੱਚ। ਔਰ ਨਾਲ ਇੱਕ ਫੇਰ ਬੇਨਤੀ ਹੈ ਵੀ ਜਿਹੜੇ ਵਾਧੂ ਪਲੇਅਰ ਹੈ ਉਹ ਬਾਕਸਾਂ ਵਿੱਚ ਖੜਨਗੇ। ਰੈਫਰੀ ਸਾਹਿਬਾਨ, ਜੇਕਰ ਕੋਈ ਪਲੇਅਰ ਬਾਹਰ ਖੜਾ ਦੂਸਰੀ ਟੀਮ ਦਾ ਰੇਡਰ ਹੱਥ ਲਾ ਕੇ ਜਾ ਵੜਦਾ, ਕਮੇਟੀ ਵੱਲੋਂ ਹੁਕਮ ਆ ਗਿਆ ਵੀ ਤੁਸੀਂ ਪੁਆਇੰਟ ਦੇ ਦਿਓ ਕਿਉਂਕਿ ਬਾਕਸ ਇਸੇ ਕਰਕੇ ਲਾਏ ਗਏ ਹੈ ਵੀ ਜਿਹੜੇ ਦੂਸਰੇ ਵਾਧੂ ਪਲੇਅਰ ਹੈ ਜਾਂ ਰੇਡਰ ਹੈ ਉਹ ਬਾਕਸਾਂ ਦੇ ਵਿੱਚ ਹੀ ਖੜਨਗੇ। ਇਹ ਹੱਥ ਬੰਨ ਕੇ ਬੇਨਤੀ ਪਲੇਅਰਾਂ ਨੂੰ ਵੀ ਹੈ ਵੀ ਮੇਰੇ ਵੀਰ ਤੁਸੀਂ ਬਾਕਸਾਂ ਵਿੱਚ ਖੜਨਾ ਹੈ। ਔਰ ਨਾਲ ਹੀ ਇੱਧਰ ਮੇਰੀ ਬੇਨਤੀ ਹਿੰਮਤਪੁਰੇ ਦੀ ਟੀਮ ਨੂੰ ਹੈ ਛੇ ਤੇ 7 ਤਰੀਕ ਪਿੰਡ ਖੁਖਰਾਣੇ ਦੇ ਖੇਡ ਮੇਲੇ ਦੀਆਂ ਤਰੀਕਾਂ ਹੈ। ਖੁਖਰਾਣੇ 6 ਤੇ 7 ਤਰੀਕ ਹੈ। ਓਪਨ ਦਾ 35-25 ਨਾਮ ਹੈ। ਬੈਸਟ ਰੇਡਰ ਤੇ ਜਾਫੀ ਦੇ ਲਈ ਵਾਸ਼ਿੰਗ ਮਸ਼ੀਨ ਹੈ। 70 ਦੇ ਵਿੱਚ 2 ਪਲੇਅਰ ਬਾਹਰੋਂ ਹੈ, ਓਪਨ 'ਚ 3 ਬਾਹਰੋਂ ਹੈ। 8100 ਤੇ 6100 ਨਾਮ 70 ਦਾ ਹੈ। 55 ਕਿਲੋ ਨਰੋਲ 7000 ਤੇ 5000 ਹੈ। 40 ਕਿਲੋ ਦਾ 3100 ਹੈ। 6 ਤੇ 7 ਤਰੀਕ ਪਿੰਡ ਖੁਖਰਾਣੇ ਦੇ ਖੇਡ ਮੇਲੇ ਦੀਆਂ ਤਰੀਕਾਂ ਹੈ। ਹਾਂਜੀ, ਇਹਦੇ ਨਾਲ ਹੀ ਘੱਲ ਕਲਾਂ ਤੇ ਲੋਪੋ ਨੂੰ ਵੀ ਵੀਰ ਜੀ ਸੱਦਾ ਦੇ ਦਿਓ ਤਾਂ ਕਿ ਚੱਲਦੇ ਮੈਚ। ਹਾਂਜੀ, ਨਾਲ ਹੀ ਬੇਨਤੀ ਹੈ ਯਾਦ ਕਬੱਡੀ ਕਲੱਬ ਘੱਲ ਕਲਾਂ ਔਰ ਲੋਪੋ ਦੀਆਂ ਟੀਮਾਂ।
आ जाओ मेरे वीर हिम्मतपुरे की टीम यार, इधर लंडिया वाला चोबर छाती इट्टा भन के दिखा रहा है, तुसी इन्हू भी जरूर माण प्यार बख्शना है। हैलो भाई जी, नाल ही साउंड वाले वीर बेनती है भी जो सैकंड माइक है वह इधर साढ़े प्रबंधक सज्जन लैन आ रहे हैं, वो दूसरा माइक भी जो ग्राउंड में पहुंचता कर दिता जाए जी। चल भी भाई हुण इधर लंडिया वाला, वाह छाती तो परेटा बन के दिखा रहा है, उंगला थले कर ला काला वैली है जोर ना है इथे रख कोई ना, तिने ही थोड़तियां हुण लो भी ताड़ियां मार दो इस नौजवान के नाते भी। हुण दर्शकों की कचहरी में चक्कर ला रहा है, सारे ने जरूर माण प्यार बख्शना। उधर जसविंदर सिंह जी लंघे वाला पिंड है दुबई वाले, नाल ही गमदूर सिंह जी बराड़ साहब भी पुजे हुए है, धन्यवाद है। इधरले बने मैच जिहड़ा खेड मैदान दे विचकार हिम्मतपुरा वर्सेज माला कलां दी टीमां दे दरमियान करवाया जा रहा है, हिम्मतपुरा वर्सी माला कलां। इस तो बाद आजाद कबड्डी क्लब घल कलां ने खेडना है मैच जिहड़ा लोपो दे नाल है, लोपो वारसी आजाद कबड्डी क्लब घल कलां। इन्हां टीमां दे प्लेयरां नूं भी मेरी बेनती है मेरे वीर समें नूं ध्यान दे विच रखदे होए तुसीं ग्राउंड वल तैयारियां खिंचो। हिम्मतपुरे की बाकी टीम मेरे वीर जल्दी नाल आओ, परगट वर्गे आ जाओ मेरे वीर जल्दी नाल। हाँ जी अपना कराओ जी मैच स्टार्ट, जिन्हें प्लेयर कमेटी का हुक्म है भी जिन्हें आ गए करा दो इन्हां नाल ही मैच स्टार्ट। रेफरी साहिबान रेशम मारो भाई बिस्लां, मारो मारो बिस्ला मेरे वीर, जिन्हें प्लेयर आए उन्ना टाइम ये खेडन गए, बाकी तो रेंदे कोई ना अद्धक च आ जाएंगे। कराओ जी टास, मैच जिहड़ा स्टार्ट करवा दिता जाए हिम्मतपुरा वर्सी माला, और नाल ही इधर लंडिया वाले ने छाती तो परेटा भनिया है, ये भी दर्शकों की कचहरी में चक्कर लावेगा, सारे ने जरूर माण प्यार बख्शना है। इधर जसविंदर सिंह जी मास्टर साहू के पिंड है, बहुत सारा माण प्यार प्लेयर के लिए आए हर खेड मेले से भेजते हैं, इधर बहुत सारा माण प्यार इन्हें बोलों तो खुश होकर भेजते, कहते भी कल्लां वाला मंगल जिन्हें जफ्फे लावेगा अगले मैच के हर एक जफ्फे का 100 रुपया मास्टर जी होर वालों होगा। इस समय मैच हिम्मतपुरा वर्सी माला कलां दी टीमां दा है, हिम्मतपुरे के बाकी प्लेयर मेरी बेनती है मेरे वीर जल्दी दे नाल आओ ता जो आपां मैच जल्दी दे नाल स्टार्ट करवा सकीए। नाल ही लोपो ते घल कलां इन्हां टीमां दी बेनती है मेरे वीर तैयारी खिंच लो, लोपो ते घल कलां। भैया हिम्मतपुरे वाले खिडारियों की समझ नहीं आ रही भी कदों दे असी बेनती कर रहे हैं, देखो दर्शक भी तुहानू कदों दे उड़ीक रहे हैं, फिर जे खिडारियों के नाल कोई टीम स्क्रैच करते हैं या कोई इस तरह का वतीरा हुंदा तां फिर तुसी इतराज करते हो, हुण देखो दर्शक कदों दे तुहाडी वेट कर रहे हैं, समझ नहीं आती भी तुसी आ क्यों नहीं रहे, और दर्शकों वालों ये आवाज़ आ रही है भी शायद जाण बुझ के लेट कर रहे हैं भी सानू समा घट खेडना पवे। देखो तुसी ये दर्शकों के नाल बेइंसाफी ना करो, खिडारी वीरां नूं बेनती आ कमेटी नूं सहयोग दिओ, फिर नेरा हो जाएगा, फिर नेरे दे विच खेडणगे किसे खिडारी दे सट लगन दी संभावना हो सकती है, कि ये जानबुझ के तां नहीं हो रहा, खिडारियों नूं बेनती है भी वह दर्शकों के नाल दर्शकों की इस मंग नूं मुख रख के टाइम सिर कमेटी नूं सहयोग देण, टाइम सिर आपदा मैच दिखाउण, जे किसी खिडारी नूं कोई किसी किस्म की शक है भी नेरे दे विच पर असीं इत्थे लाइटां दा प्रबंध भी कीता होया, पर जानबुझ के तुसीं जे नेरा करना ये तुहाडे खिडारियों वास्ते कोई चंगी ये रीत नहीं है।
ਇਹ ਤੁਸੀਂ ਕੋਈ ਸਪੋਰਟਸਮੈਨਸ਼ਿਪ ਦਾ ਤੁਸੀਂ ਇੱਥੇ ਵੀ ਖਿਆਲ ਰੱਖੋ, ਕੁਝ ਭਾਵਨਾ ਦਾ ਖਿਆਲ ਰੱਖੋ, ਦਰਸ਼ਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੋ। ਤੁਸੀਂ ਆਪਣੀਆਂ ਹੀ ਨਾ ਕਿਤੇ ਜਿਹੜੀਆਂ ਹੈਗੀਆਂ ਕਿ ਅਸੀਂ ਹਨੇਰਾ ਕਰ ਦਈਏ ਜਾਣ ਬੁੱਝ ਕੇ, ਸਾਨੂੰ ਥੋੜ੍ਹਾ ਟਾਈਮ ਖੇਡਣਾ ਪਵੇ। ਆਖਿਰ ਦਰਸ਼ਕਾਂ ਨੂੰ ਲੋਕਾਂ ਨੂੰ ਸਾਰਾ ਪਤਾ ਹੁੰਦਾ ਵੀ ਕਾਰਨ ਕੀ ਆ। ਲਓ ਇਸ ਸਮੇਂ ਮੈਚ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਹੈ। ਇੱਕ ਪਾਸੇ ਟੀਮ ਜਿਹੜੀ ਪਿੰਡ ਵਾਲੇ ਪਾਸੇ ਹੈ ਟੀਮ ਹਿੰਮਤਪੁਰੇ ਦੀ, ਦੂਸਰੇ ਪਾਸੇ ਟੀਮ ਮਾਲਾਗਲਾ ਪਿੰਡ ਦੀ ਹੈ। ਲਓ ਨਾਰਾ ਬਘੇਲੇ ਦੀ ਧਰਤੀ ਦਾ। ਲਓ ਇਧਰਲੇ ਪਾਸੇ ਵੇਖਦੇ ਵੀ ਮੈਚ ਇਸ ਸਮੇਂ ਖੇਡ ਮੈਦਾਨ ਦੇ ਵਿਚਕਾਰ, ਲਓ ਇੱਕ ਪਾਸੇ ਵੇਖਦੇ ਵੀ ਬਘੇਲੇ ਦੀ ਧਰਤੀ ਦਾ ਨਾਰਾ ਖੇਡ ਮੈਦਾਨ ਦੇ ਵਿੱਚ। ਠੀਕ ਹੈ ਜੀ। ਇੱਧਰ ਸਾਡੇ ਅੰਗਰੇਜ਼ ਡੈਰੀ ਜੈਮਲਵਾਲਾ ਵਾਲੇ ਸੱਜਣ ਬਹੁਤ ਸਾਰਾ ਮਾਣ ਪਿਆਰੇ ਨਾਲ ਬੋਲਿਆ ਤੋਂ ਖੁਸ਼ ਹੋ ਕੇ ਭੇਜਦੇ ਹੈ, ਸਾਡੇ ਗੁਰੂ ਜੀ ਗੱਜਣਵਾਲਾ। ਇੱਧਰਲੇ ਪਾਸੇ ਵੇਖਦੇ ਵੀ ਨੌਜਵਾਨ ਦਾ ਰਾਮਗੜ੍ਹ ਪਿੰਡ ਹੈ ਕਿ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ ਮੋਟਰ ਮਿੱਤਰਾਂ ਦੀ। ਨਾਜ਼ਮ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਵੜ ਕੇ ਕਬੱਡੀ ਪਾ ਰਿਹਾ ਹੈ। ਚਾਰ ਜਾਫੀ ਕਹਿੰਦੇ ਵੀ ਮਾਲਾਗਲਾ ਪਿੰਡ ਹੈ, ਇਸ ਸਮੇਂ ਪਾਈ ਵੀ ਕਬੱਡੀ, ਪਰ ਮੈਂ ਤੈਨੂੰ ਕਹਿੰਦੇ ਦੁਨੀਆ ਜਾਣਦੀ ਹੈ ਥੱਲੇ ਕੇ ਪਿੰਡ ਹੈ। ਇਸ ਸਮੇਂ ਚਰਨਜੀਤ ਸਿੰਘ ਚਰਨਾ ਪਹਿਲਾ ਪੁਆਇੰਟ ਜਿਹੜਾ ਇੱਧਰਲੇ ਬੰਨੇ ਜਾਫ ਲਾਈਨ ਦੇ ਵਿੱਚੋਂ ਜੋੜਦਾ ਹੈ। ਚੱਲ ਵੀ ਦਲਜੀਤ ਹੋਆ ਕਬੱਡੀ ਕਬੱਡੀ ਕਰਦਾ ਹੋਇਆ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਅੰਦਰ। ਇਸ ਸਮੇਂ ਪਾਈ ਹੋਈ ਕਬੱਡੀ ਹੈ। ਲਓ ਦਲਜੀਤ ਸਿੰਘ ਮਾਲੇਗੜਾ ਪਿੰਡ ਦਾ ਕਹਿੰਦੇ ਮਾਰਟਨ ਵੈਲੀ ਦੀ ਟੀਮ ਲਈ ਖੇਡਿਆ ਅਲਬਰਟਾ ਦੇ ਖੇਡ ਮੈਦਾਨਾਂ ਦੇ ਵਿੱਚ, ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਪ੍ਰਗਟ ਇਸ ਸਮੇਂ ਹਿੰਮਤਪੁਰੇ ਪਿੰਡ ਦਾ, ਤੇ ਪੁਆਇੰਟ ਦਲਜੀਤ ਦੇ ਹਿੱਸੇ ਜੁੜਦਾ ਹੋਇਆ। ਚੱਲ ਵੀ ਜਵਾਨਾ ਪਾਵੀ ਕਬੱਡੀ ਹਿੰਮਤਪੁਰੀਆ, ਦੇਖਦੇ ਵੀ ਨੌਜਵਾਨ ਹਿੰਮਤ ਦੇ ਨਾਲ ਕਬੱਡੀ ਪਾਵੇਗਾ ਜਾਂ ਨਹੀਂ। ਇਧਰਲੇ ਬੰਨੇ ਵੇਖਦੇ ਹੈ ਵੀ ਪੈਂਦੀ ਕਬੱਡੀ ਗੱਭਰੂ ਦੀ, ਅੱਜ ਰੌਣਕ ਹੈ ਬਹਾਰਾਂ ਨੇ। ਵੇਖਦੇ ਵੀ ਕਲਕਲਾਂ ਦੀ ਧਰਤੀ, ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ, ਕਬੱਡੀ ਦੇ ਮਹਾਰਥੀਆਂ ਦੇ ਪਿੰਡ ਹੈ, ਔਰ ਵੱਡੀ ਦੇਰ ਕਬੱਡੀ ਦੇ ਵਿੱਚ ਹੈ। ਔਰ ਦੇਖਦੇ ਅਗਲਾ ਮੈਚ ਆਜ਼ਾਦ ਕਬੱਡੀ ਕਲੱਬ ਕਲਕਲਾਂ ਦੀ ਟੀਮ ਦਾ ਹੈ, ਲੋਪੋ ਨਾਲ ਹੈ। ਲੋ ਇੱਕੋ ਜਿਹਾ ਰੰਗ ਨਿੱਕਰਾਂ ਦਾ ਹੈ, ਵਾਹ ਬਲਕਾਰਾ ਮਾਲੇ ਪਿੰਡ ਦਾ ਕੋਸ਼ਿਸ਼ ਕਰਦਾ ਹੈ ਵੀ ਇੱਕੋ ਜਿਹਾ ਰੰਗ ਹੋ ਜੇ, ਮੁੜ ਕੇ ਰੁਪਈਆਂ ਦਾ ਲੈਣ ਦੇਣ ਹੋ ਜੇ ਸਾਡਾ, ਦਾਤੀਆਂ ਤੇ ਗਈਆਂ ਦਾ ਮੀਆਂ ਵਾਲੀ ਮੰਡੀ ਵਿੱਚ ਵੈੜਕਾ ਨਗੌਰ ਦਾ, ਕਰੀ ਕਦੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ। ਚੱਲ ਵੀ ਮਾਲੇ ਵਾਲਾ ਪਾਲ ਹਰਜੀਤ ਕਲੱਬ ਐਫਸਪੋਰਟ ਦੀ ਟੀਮ ਲਈ ਖੇਡਿਆ, ਕਹਿੰਦੇ ਵੀ ਰਾਮੂ ਵਾਲੇ ਤੇ ਜਗਦੇਵ ਹੋਣਾ ਦੀ ਟੀਮ ਦੇ ਇਸ ਸਮੇਂ ਕਬੱਡੀ ਪਾ ਰਿਹਾ ਹੈ। ਪਰ ਦੂਸਰੇ ਪਾਸੇ ਗੁਰਦਰਸ਼ਨ ਸਿੰਘ ਗੋਲੂ ਗੱਜਣ ਵਾਲੇ ਪਿੰਡ ਦਾ ਕਹਿੰਦੇ ਇੰਗਲੈਂਡ ਦੇ ਵਿੱਚ ਤਕੜਾ ਖੇਡਿਆ, 5 ਸਾਲ 1 ਸਾਲ ਕੈਨੇਡਾ ਖੇਡਿਆ, ਪਾਕਿਸਤਾਨ ਵੀ ਖੇਡਿਆ। ਲਓ ਫੜਨਾ ਗੋਲੂ ਦਾ ਗੁੱਟ ਤੇ ਲੈਂਦਾ ਮੇਲਾ ਲੁੱਟ, ਵੇਖਦੇ ਹੈ ਵੀ ਛੜਾ ਪਾਵੇਗਾ ਜਾਂ ਨਹੀਂ ਮਾਲੇ ਵਾਲਾ ਪਾਲ ਤੇ ਗੋਲੂ ਗੱਜਣ ਵਾਲੇ ਪਿੰਡ ਦਾ। ਲਓ ਇਸ ਸਮੇਂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਭਲਵਾਨ ਜੀ ਬੇਨਤੀ ਮੈਂ ਪਹਿਲਾਂ ਵੀ ਕੀਤੀ ਹੈ, ਬਾਕਸਾਂ ਚ ਮੇਰੇ ਵੀਰ ਦਲਜੀਤ, ਮੇਰੇ ਵੀਰ ਬਾਕਸਾਂ ਚੋ ਨਾਰੇ, ਬਾਕਸਾਂ ਚੋ ਵੀਰ ਗੋਲੂ ਨੂੰ
गुरदीप सिंह सूबेदार गजनवाला उन्हां वालों 100 रुपए का इनाम दिता जाता। धन्यवाद जी। वाहिगुरु ने बने शमा और नाजम रामगढ़िया पॉइंट शमा माले की टीम का नाल ही मेरी बेनती है आजाद क्लब कलकलां की टीम जी आजाद कबड्डी क्लब कलकलां वारसी लोपो दीम कलकलां की टीम बेनती है जल्दी आओ मेरे भी कलकलां लो एक पासे नारा बघेले की धरती का कबड्डी पा रहा है लो एक पासे प्रगट कहते इंग्लैंड के खेल मैदान तगड़ा खेलिया कनेडा भी सोहनी खेल दिखाई है गुगू का पिंड है दीप जंबो का पिंड है इधरले बने वेखते हैं भी नौजवान इस समय लाऊ का जफा प्रगट सिंह हिम्मतपुरे पिंड का पॉइंट जरा हिम्मतपुरे की टीम के हिस्से जुड़ता है चल भी जवाना पा भी कबड्डी इस समय अगली कबड्डी खेड़ मैदान के अंदर है नौजवान गभरू कबड्डी पाया हुआ है वेखते हैं पंजीआं कबड्डिया ने अज कलकलां के खेड़ मैदान बिंदर वर्गे जोगिंदर वर्गे कहते भी जस्से वर्गे नौजवान भले वर्गे प्रसिद्ध है जिस पिंड के हक इधरले बने कहते भी करम सिंह उन्होंने कबड्डी खेली है लक्ष्मण वर्गे नंजे राणे वर्गे सुख वर्गिया की वड्डी देन है लखे वर्गे अंबू वर्गे प्रसिद्ध खिलाड़ी ने और उत्थे सोने वर्गे जसकरन वर्गे सारे कहते समय समय सिर कबड्डी के महारथी पैदा किए इस नगर ने इधरले बने वेखते हैं नौजवान गभरू कबड्डी पा रहा है और कदे कुलजीत दी गल्लां होई हैं इधरले बने दलजीत माले की धरती का और दूसरे पासे वेखते भी नौजवान गभरू बुद्धू इस समय कोशिश करता है तो पॉइंट धावी के हिस्से है चल भी नाजम रामगढ़ पिंड है जिले बरनाले का नाल ही कहते भी यह सैमीफाइनल मैच चल रहे कबड्डी ओपन के बेस्ट रेडर तो बेस्ट जापिया जवानों फरिजा दिखाई जानी है क्योंकि उतो सीजन भी गर्मी का आ रहा है इधरले बने वेखते हैं एक कहते बकाला शिकार माछिया पिंड का दुनिया का सुपर जापी है पर आ भी नौजवान कहते कहते कहोगे धावियां डक लैन वाला माले वाला बलकार सिंह पॉइंट जरा अपनी टीम के हिस्से जोड़ता है लो इधरले पासे वेखते भी नौजवान माले पिंड का पाल है वाह सिद्धमा के चैने की टीम के लिए खेलता है पंजाब के कबड्डी कप्पा माले वाला पाल भी मशहूर हो गया है पॉइंट इस समय अपनी टीम के हिस्से जोड़ रहा है चल भी जवाना पा भी कबड्डी उधर याद कबड्डी क्लब बैडमिंटन कलकलां नाल ही मेरी बेनती है भी लोपो की टीम लोपो ते कलकलां इन्हां टीमों मेरी बेनती है अगला मैच इन्हां टीमों का होना है महेंद्र सिंह जी कक्का सबका कबड्डी खिलाड़ी माले वाले पाल दे लई 100 का मान प्यार भेजते हैं 100 रुपया ये माले वाले पाल दे लई भेजते हैं इधरले बने वेखते हैं नौजवान दलजीत कबड्डी पाउंदा होया और दूसरे पासे बुद्धू हिम्मतपुरी है वेखते हैं भी पॉइंट जिहड़ा नौजवान धावी दे हिस्से जुड़दा होया है चल भी जवाना पा भी कबड्डी इधरले बने अगलेरी कबड्डी नौजवान गभरू की है मेरी बेनती है याद कबड्डी क्लब बैडमिंटन कलकलां वर्सेज लोपो की टीम लोपो ते कलकलां एक पासे वेखदे भी कंता कहिंदे कि रसूलपुर का प्रसिद्ध एक पढ़ाने का पर इस समय माले वाला कंता कोशिश करता है पॉइंट नौजवान धावी का है नारा बघेले पिंड का कबड्डी पाउंदा होया है कि सेवा देश की जिंदड़ी है बड़ी औखी गल्लां करनियां ढेर सुखलियां ने जिन्हां देश सेवा विच पैर पाया है उन्हां लख मुसीबतां झलियां ने शहीद जोरा सिंह की धरती बघेले वाला पिंड है नाला इस समय पॉइंट अपनी टीम के हिस्से जोड़ता है चल भी जवाना हिम्मतपुरिया वेखते हैं गीतकारी के खेत्र बंटी हिम्मतपुरिए का नाम है किने खंजर खबोए वेखते हैं भी अज इस समय पेंडिया हुई कबड्डिया नौजवान गभरू कबड्डी पाया हुआ है हिम्मतपुरिया कहते भी गुगू की दुनिया दीवानी है और दूसरे पासे दीप हिम्मतपुरिया जंबो जिट कहते
दुनिया का चहेता खिलाड़ी है इस समय पेंडी कबड्डी शम्मा माले पिंड का गभरू पूरी कोशिश करता हो नई रीसा इस समय वेखते हैं पॉइंट जरा रेडर का है सेवा सिंह जी मचाकी वाले नाल ही रेशम फूले वाले पिंड का और फौजी भैनी वाला इधर रेफरशिप दियां जिम्मेवारियां नाल ही कुलदीप कीपा चन्नवाल मद्दो के पिंड का इकबाल है ढालकलां का लक्ष्मण अगलैन खेडिया है इधरले बने वेखते हैं नौजवान की पेंदी हुई कबड्डी है गभरू पाल है माले पिंड का पर दूसरे पासे मुंडा हिम्मतपुरी है पॉइंट जरा रेडर के हिस्से जुड़ता हुआ है चल भी जवाना पा भी कबड्डी नाजम टैटू खुलवाया हुआ है ये वक्ो वक्रे शौक ने कबड्डी खिलाड़ियों के नाल ही इधर प्रबंधक वीर वालों फिर तो बेनती है जी लोपो ते घलकलां लोपो ते घलकलां दोनों टीम ग्राउंड दे विच आ जान लोपो वारसी याद कबड्डी क्लब बैडमिंटन घलकलां जी भैया पानी पिआउण वाले सेवादार नूं बेनती है नाल ही हां जी आके पानी पिआ जावे एक बारी और नाल ही प्रबंधक कमेटी वालों बेनती है भी जिहड़े मैच है ये सौ खुआ के खड़ाए जाने हैं नौ दस ते ग्यारह तरीक धन धन बाबा काला महर जी की याद नूं समर्पित वड्डा कबड्डी का टूरनामेंट अपने एरिए का महेश्री संधुआ की धरती है कबड्डी आल ओपन दे विच कहिंदे 35,000 ते 17,000 प्राइज है 70 किलो का 10 ते 5 60 का 7 35 है और 50 किलो का 3100 ते 1500 दौड़ा 65 किलो भार दियां 200 मीटर है 55 किलो भार दियां 100 मीटर है लड़कियों का शो मैच है कुत्तियां दियां ट्रैक दौड़ा भी है पेंड महेश्री संधु आप सब नूं खुले सदे है बाबा काला महर जी की पावन पवित्र याद दे विच टूरनामेंट दियां रौनकां लगनियां है एक पासे मुंडा हिम्मतपुरिया ते नारा बघेले की धरती का माले कलां की टीम के लिए पॉइंट जोड़दा है कोई गल नहीं जदों पॉइंट होए चंजी सियापे बिसलां वजनियां चल भी जवाना पा भी कबड्डी इधरले बने अगली कबड्डी है कि खेडां विचों खेड कबड्डी शान पंजाबियों की इस दे विच आसी लोको जान पंजाबियों की विच मैदाने भिड़ना होंदा कम दलेरां दा खेड कबड्डी खेडना शौक पंजाबी शेरां दा खेड कबड्डी खेडना शौक पंजाबी शेरां दा बलकारा और दूसरे पासे मुंडा हिम्मतपुरिया फड़ लिया गुट कि वैदा मेरी बांह छड दे तैनू रोग दी समझ ना कोई वैदा मेरी बांह छड दे पॉइंट जिहड़ा धाली दा चल भी पा भी गभरुआ कबड्डी लोपो वारसी घलकलां दोनों टीमां नूं काफी आवाजा मारती है मेरे वीर घलकलां दी टीम लो जगी बुजगिया गोरसिया मक्खन वाला लो दलजीत ते गोलू इस समय पॉइंट जरा रेडर दे हिस्से जुड़ चुके मैच जरा समाप्त है इस चलते हुए मुकाबले दे विच पॉइंटा का लेखा जोखा है हिम्मतपुरे दे 8 ते माला कला 15.5 पॉइंट है जी पाल अपना नाम लै जी इधर भाई गोलू जो हमने खेड के गया वो स्टेज तो अपना नाम ले जावे गोलू स्टेज तो अपना नाम ले जावे हेलो हाँ जी कराओ जी मैच स्टार्ट लोपो वारसी याद कबड्डी क्लब बैडमिंटन घलकलां दी टीम लोपो वारसी याद कबड्डी क्लब बैडमिंटन घलकलां इन्हां टीमां दे वल्लों हुण अपना बड़ा तगड़ा मैच खेडिया जाएगा लोपो ते घलकलां
लो जरा हूं मैच है दर्शकी ने भी बड़ा तगड़ा खेडिया जा रहा है। एक पासे बेजबाल टीम की पिंड की टीम जी पिंड की टीम आजाद कबड्डी क्लब कलकलां की टीम है और बिंटन के कहते क्लब के नाम से खेडती है आजाद कबड्डी क्लब एडमिंटन कलकलां। दूसरे पासे टीम जी लोपो पिंड की है, मेरी बेनती है लोपो की टीम, लोपो की टीम नूं असीं काफी आवाजा मारियां है, लोपो की टीम जल्दी दे नाल खेड मैदान दे विच आ जावे। लोपो की टीम, लोपो की टीम आ गई, ठीक है जी, मेहरबानी धन्नवाद है। बाकी प्लेयर भी आ जाओ। कर लो जी जेड़ा भी रेडर चाहिए जाफी रेडर, जेड़ा रेडर तीन पॉइंट लगातार लवेगा किसी भी टीम का 1000 रुपया। कुलजीत सिंह जी कलकलां इंटरनेशनल कबड्डी प्लेयर कुलजीत कलकलां उन्होंने वालों 1000 रुपया होगा जी, 3 पॉइंट जेड़ा रेडर लगातार लवेगा, 3 पॉइंटा का 1000 रुपया कुलजीत सिंह जी कलकलां इंटरनेशनल कबड्डी प्लेयर। किसी जान पहचान दे मोहताज नहीं, बहुत ही लोड़ नहीं कोई ज्यादा ना बोलने की, क्योंकि दुनिया के विच अपनी धाक जमाई है कुलजीत काली, किसी जान पहचान का मोहताज नहीं। 1000 रुपया लगातार 3 पॉइंट लिया वाले रेडर के लिए वालों होने है। कलकलां दे खिडारी जिन्ने जफ्फे लाउणगे हर जफ्फे का 100 रुपया जोरा सिंह संधू वालों, जोरा सिंह संधू रत्तियां वालों, जिन्ने खिडारी कलकलां दे जफ्फे लाउणगे उन्ने 100 रुपये। गेजा साडा वीर जी की ड्यूटी है, कृपा करके ग्राउंड दे विच मूव स्प्रे लेके आवे जी गेजा, ठीक है जी, ठीक है। लो इस समय मैच जिहड़ा खेड मैदान दे विचकार आजाद कबड्डी क्लब कलकलां वर्सी लोपो दीआं टीमां दे दरमियान है। उधर उतार बरार जी लंघे वाला पिंड है हांगकांग वाले साढ़े सजन भी नैट के जरिए इन्हां मैचों नूं देख रहे हैं, नाल हरमिंदर ढिल्लो जी गजन वाला, उधर गोरे वर्गे गैसे वर्गे साढ़े वीर सोहन वर्गे पप्पू वर्गे वो भी साढ़े सत्कारयोग सज्जन है, हांगकांग दे विच बैठे इन्हां मैचों नूं तक रहे हैं। इस समय मैच जिहड़ा खेड मैदान दे विचकार स्टार्ट होण जा रहा है। लो पिंड दी टीम जिहड़ी ए आ गई खेतां वाले पासे और पिंड वाले पासे टीम जिहड़ी ए लोपो दी है। मूव स्प्रे जी कृपा करके ग्राउंड के पुजदी कर दिओ। भी पॉइंट मांग रहे हैं जी, भी पॉइंटा की मांग है जी, मास्टर हजूरा सिंह जी करो जी अनाउंस। हेलो जी, साढ़े 15-16 जी नेरा होना यार, चलो ठीक है जी, भी साढ़े 21। हाँ जी, एक बेनती है इन्हों टीम पॉइंट साढ़े 20-21 का फैसला होगा। जेड़ा जाफी लगातार 3 जफ्फे लावेगा, स्वर्गवासी गुरबख सिंह बख्शी की याद चुनाव परिवार वालों 1000 रुपया इनाम दिता जाऊगा। नाल ही मूव स्प्रे जी ग्राउंड विच पाउण दी कर दिओ।
जसवंत राजा वड्डे जनरेट को पहुंच लो पहली कबड्डी इस समय वेखते हैं आजाद कबड्डी क्लब बैडमिंटन कालकलां की टीम के वलों नौजवान इस समय कबड्डी पा रहा है कौन कहते भी समरा परिवार का गोर सिया मखण पेंड है नौजवान का जगी पर दूसरे पासे दुनिया का भरेंडिया फी है नौजवान देख रहे पीतो मीनिया पिंड है इतने रख पीतो मीनिया वाला और वेखते हैं लोपो वाला इधरले पासे नौजवान गबरू करके तैयारी खेडता होया इस समय खेड मैदान दे विच कि जिथे वड्डे वड्डे होए पलवान भी बड़ी उची है पंजाब की तो शान भी जिथे हुंदी है कबड्डी हुंदे घोड़ मित्रो है नी रंगले पंजाब जिहा होर मित्रो लो पॉइंट लोपो का है चल भी नौजवान पावी कबड्डी इस समय अगली कबड्डी कहते भी गगन है कि मां होंगी है माओ दुनिया वाले हो हथों खो लेंगे ने टुक काओ दुनिया वाले हो बाबे कुलदीप मानक का पेंड है कलिया के बादशाह कुलदीप मानक का पेंड कहते जलाल पेंड है नौजवान गबरू का गगन नाम है कहते भी योद्धा ने खेल मेले के मुंडे ने मोटरसाइकिल जितया है इस समय वेख रहे भी गगन जलाल पिंड का इस समय पॉइंट जरा अपनी टीम के हिस्से जोड़ना हो लो सुखा लोपो पिंड का वाह यार बराड़ कौके तलवार केवल लोपो केवल सेखा नहीं सी खेड़ थोड़ी का लेखा दुले सुरखपुरी का नाम भी आता है चंगे विच बेर दे जापिया विचो जापी फौजी उत्ते वाला हाथ जुड़ गए शेर दे वाह शेर की खेड़ है शेरां दी कौम पंजाबी आ मुंडे ने कहते पिछले साल बद्दोवाल दे खेड मेले ते नैनो कार जीती है जगी गोर सिया मखण पिंड दा कबड्डी पा रहा है उधरले पासे वेख रहे भी लोपो दी टीम है साढ़े अवणे वीर दे पिंड दी टीम है जगी वर्गे कबड्डी दे विच वड्डा नाम है और शिंदा कहते अहम सपोर्ट दे विच रहिंदा है इधरले बने पाई हुई कबड्डी खेड मैदान दे अंदर और सोनो वाह इधर माले वाला कुलदीप चल भी वाह इधर ले बने देखते हैं सोना नहरी सा कालकला पिंड का गबरू कहते कनेडा के खेल मैदान भी तगड़ा खेडिया है पॉइंट लोपो की टीम के हिस्से जुड़ता हुआ है चल भी जवाना पा भी कबड्डी गगन जलाल पिंड का जितों के अजमेर दलां सिकंदर कहते इंग्लैंड जा वसया है गुरमन वर्गे जीवन वर्गे अमने वर्गे महान कबड्डी के खिलाड़ियों का पिंड है जलालदार रुपिंदर कहते सोने बोल बोलता माइक उपर दुनिया के प्रसिद्ध बुलारे का पिंड है इधर बने पाई कबड्डी पीतो ते गगन वाह पॉइंट जेड़ा नौजवान धावी के हिस्से है इस जफे ते जी राजा घाली कनेडा इधर राजा घाली कहते भी कलां वाले ने जफे ने 500 उधर मास्टर जसविंदर सिंह जी साढ़े पिंड वाले उन्होंने वालों मंगल दे हर जफे का 100 है जी मंगल घाली दे हर जफे का 100 रुपया मास्टर जसविंदर सिंह जी साहो के जो कि भ्राता ने भुपिंदर सिंह जी दे उन्होंने वालों मंगल दे जफे का लै भी वीरा करी चलो नोट जफ्या का इधरले बने वेखते हैं राजू मंडीला साडा भी रखता भी कालां वाले जिन्हें जफे लाए हैं हरेक जफे का साडा भी राजू मंडीला 100 रुपया इधरले बने वेखते हैं पाई कबड्डी वाह सोनू और जगी गोर सिया मखण अंक जाफिया का वाह मेरी पॉइंट जाफिया का इधरले बने वेखते हैं इधर सोनू दे 100 रुपया राजू मंडीला जी साढ़े वीर राजू मंडीला लाओ अंबू वाह सोनिया नहरी सा
पॉइंट रेडर का अंबुलेंस राजू रेडर सड़क राजा काली कनेडा राजा काली नाजर के इधर 500 रुपया नौजवान अंबू दे लई है चल भी जवाना पा भी कबड्डी नोटा तो महंगी चीज कुड़े ए जान तेरे तो वारांगे नोटा तो महंगी चीज कुड़े पैंती कबड्डी है लखा कनेडा 200 रुपया कहते भी कलकल का जेड़ा भी जाफी जफा लावेगा लखा कनेडा 200 रुपया इधर 500 रुपया राजा घाली साड़ा भी कनेडा वाला राजा घाली कनेडा कहना भी जेकर लखा कला वाला जफा लावेगा पर 2000 रुपया देवांगे वाह इधरले बने वाह माउंटन वैली लिए खेडे और रिचमंड लिए खेडे सोना कालकला पिंड का 100 रुपया भी राजू मरीला वालों आ गया 200 रुपया लखा कनेडा जी इन्हों वालों है और इधरले बने देखते हैं पैंती कबड्डी नौजवान जगी गोर सिया वखड़ पिंड का गगन जलालो दे प्रधान लो 100 रुपए राजा काली कनेडा नाजर के साडा वीर ओहदे वल्लों वाह सोनू बल्ले ओ सोहणिया पॉइंट जाफियां दा सोने नू 500 रुपया सोनू दे लई है वल्लों 100 रुपया सोनू दे लई 500 100 रुपया टुट्या दो जी टुट्या दो चल वी इधरले बने वेखदे हैं वाह देखदे हैं वी पैंतियां कबड्डियां लो मंगल जसविंदर सिंह जी मास्टर कहिंदे वी 100 रुपया है प्रधान जी यार खास करके पेंड की टीम नू बेनती है कारी पहला आपा भाई छाता सी एक बारी हुण जिहड़ा प्लेयर बॉक्सां चो बाहर होया दूजी टीम दा रेडर हथ लाके जा सकदा यार दुबारा बोल चंगी तरह बॉक्सां दे विच प्लेयर खड़न जी हाथ बन के बेनती है रेफरी साहिबान सेवा सिंह जाकी भाई जी ना बॉक्सां च कर दो नहीं काउटी ना पैण दो एक कमेटी दा हुक्म है चल भी वाह इधर बने गगन जलाल वाला सोनू नथो के पिंड का यह भी साधु सिंह बराड़ की टीम लिए खेडते हैं दोनों गभरू उधर याद कबड्डी क्लब एडमिंटन कलकलां की टीम है उधर शहीद भगत सिंह क्लब वाले वैरो कैमरा धाना मैचों देख रहे हैं सोधी का सोनी है नाल बलकरण गागेवाल है नाल ही कहते नौजवान दौदर वाला है इधर ला मंगल नहीं रीसा पॉइंट गुरजीत सिंह जी जीता लोपो वाले सुखे लई सौ टुटिया था जी हां जी नहीं दे ओ जरूर भावे भरा ही है गुरजीत वालों मैं भी मंगला इधर मास्टर जसविंदर सिंह जी कहते भी 500 है जे मंगल इधरले बने पॉइंट जिहड़ा रेडर का है पॉइंट जरा रेडर दे हिस्से दे विच जुड़ चुके हैं चल भी बेनती है यार ग्राउंड दे विच मेरे भी रेदां दी हुल्लड़बाजी ना करो हाथ बन के बेनती है चल भी सुखा वाह अंबू देखते हैं भी एक पासे मुंडा कलां वाला दूसरे पासे लोपो वाला इधरले बने वेखदे भी कलां दे सुख दी टीम लई खेडदा है पॉइंट जिहड़ा नौजवान भावी दा है पॉइंट जिहड़ा रेडर दा है जीत गुरजीता दे सुखा काली मेरे वीर इधर 100 रुपया सुखे लोपो लई है जी ਸੁੱਕੇ ਲੋਪੋ ਦੇ ਲਈ ਸਿਕਿਉਰਿਟੀ ਵਾਲੇ ਇਧਰ ਵੀਰਾਂ ਵੱਲੋਂ 200 ਰੁਪਏ ਦੇ ਮਾਣ ਹੈ ਇਸ ਵਿੱਚ ਰਾਉਂਡ ਲਾਉਣ ਸਿਕਿਉਰਿਟੀ ਵਾਲੇ ਵੀਰ ਕਿਉਂਕਿ ਬਾਹਰੋਂ ਦਰਸ਼ਕ ਨਾ ਕੋਈ ਆਵੇ ਚੱਲ ਵੀ ਪੁਆਇੰਟ ਰੇਡਰ ਦਾ ਲੈ ਵੀ ਨੌਜਵਾਨਾ ਮੰਗਲ ਇਧਰ ਮਾਸਟਰ ਜਸਵਿੰਦਰ ਸਿੰਘ ਜੀ ਸਾਹੂ ਕੇ ਵਾਲੇ ਕਹਿੰਦੇ ਵੀ 500 ਆ ਤੇਰੇ ਇੱਕ ਜੱਫੇ ਦਾ ਵਾਹ ਲੱਖਾ ਕੈਨੇਡਾ 200 ਰੁਪਿਆ ਜਿਹੜਾ ਵੀ ਘਾਲੀ ਜੱਫਾ ਲਾਵੇਗਾ ਇਧਰ ਵੇਖ ਲੈ ਰਾਜਾ ਕਾਲੀ
लाइटा वाला वीर जेड़े वीर ने इधर लाइटा दिया सेवावां है कृपा करके एंट्री गेट दे विच आके साडे प्रबंधकां नाल संपर्क करे। लाइटा वाला वीर बिल्लू चौधरी जी इधर कहते भी मंगल दे हर जफे से सौ है मैं भी मीनिया वाले वेखते हैं भी इधरले पासे नहीं रीसा मुंडा मैं पहला भी दस्या भरेंट वर्गा है वाह चल भी सुखिया भावी कबड्डी वाह सोना है इत्थे रख कनेडा की मार्टन वैली लई खेडिया है रिचमंड लई खेडिया है और वेखदे हैं दशमेश कबड्डी क्लब कैलगरी लई खेडिया इधर लखे घाली वालों 200 रुपया सोने लई है और राजू मंडीला साडा वीर वाह चल भी पॉइंट जरा धावी दे हिस्से जुड़ता है चल भी खबर पावी कबड्डी नाली राजा काली कनेडा नाचर के इधर जफे दे लै भी सोनिया इसे पॉइंट ते देखते हैं इधर राजा काली कनेडा नाचर के साडा वीर 500 रुपया सोने लई है वाह इधर सोने दे लई मेरे वीर वालों मान प्यार है जस वालों सोने नू 100 रुपया वाह पॉइंट देव प्रधान सबका कबड्डी खिडारी सोने नू 100 रुपया रेलिंग वाले इधर गगन चला 100 रुपया जी लाडी लोपो इधर अगवा राय के वाला सारा वीर लाडी 500 रुपया लोपो की सारी टीम ली है मेहरबानी है जी वाह इधरले पासे अंबू वाह 500 रुपया सोने 200 अंबू लई 200 सोने का 200 अंबू का 400 हो गया जी ये नोट रखो इधर साडे सूबा सिंह जी कैलगरी सरदार सिंह वाला इधर राजा काली नाजर के कनेडा मेरा वीर बहुत सारा मान 500 रुपये इधर अंबू लई है चल भी जवाना पावी कबड्डी महिंदर सिंह कक्के वालों सारी टीम 100 रुपया जी इधर राजू मंडीला मेरा वीर चल भी इधरले बने लै भी मगरा 500 मास्टर जी है और 200 लखे घाली का और वेख रहे भी इधर 100 राजू मंडीला का लै 800-900 का जफा है फिर आखा सूचना सुखदेव सिंह बाखे के दे करो वेल डन अमरीक खोसा कोटला जा मेरा वीर अमन लोपो अमरीक खोसा कोटला कृपा करके जा अमन लोपो कोई भी सज्जन ग्राउंडा वाल आवे इस तो अगले मैच लई इधरले बने वेखते हैं भी सामने पीतो मीनिया पिंड माखे के घरों एक साइकिल कोई लेके गया सज्जन वो जो साइकिल का मालिक है चाबी ओदे कोल आ उन्हां दे घर चो कोई साइकिल लै गया कृपा करके जे कोई लेके गया तो वो इतने स्टेज ते सज्जन है उन्होंने मिलने उन्होंने पहुंचता कर दे चल भी वाह बंदर लो 200 इधर लखा घाली जी थोड़े 600 हो गया जी 400 हो इधर बिल्लू वालों साढ़े बिल्लू चौधरी जी 100 रुपया मंगल घाली ली है जी इधर 400 इधर साढ़े राजू मंडीला जी वालों
चमकौर करी नोट इधर पैसों का हिसाब किताब भी जरूरी है क्योंकि पिंड की टीम है नोटा का मीह मरना वेखो इधर जफा वाह गगन जलाल वाला और सोनू मथो के पिंड का गोरा काली इधर 200 रुपया मेरा वीर जाफी नहीं है जी जाफी ली 200 रुपया जी 300 वापस कर दियो ये सोनू नथो के चल भी जवाना पा भी कबड्डी इधरले बने वेखते हैं अंबू वाह मैया वाले दे खेड मेले ते कहते भी मोटरसाइकिल देना प्रेम ने आ मुंडे नू पॉइंट धावी दा चल भी चल भी कोई गल नहीं इधरले बने जगी गोर सिया मखन पिंड का गबरू कबड्डी पा रहा है सोनू नथो के पिंड का है दर्शक वीर बेनती है जेडे इधर स्टेज वाली साइड है वीर जी प्रबंधक वीर वालों बेनती है मेरे वीर थोड़ा जाल तो पिछे हट जाओ जाल नू ना कहते मेरे वीर धक्को इधरले बने लखा काली कहते भी 200 रुपया हर कजफे का है लो पैंदी कबड्डी खेड मैदान के अंदर पॉइंट जरा नौजवान धावी के हिस्से जुड़ा हुआ है इधरले बने वेखते हैं पॉइंट जरा रेडर के हिस्से जुड़ा हुआ है चल भी गगन चलाल पिंड का गभरू इस समय कबड्डी पाने के लिए आजाद कबड्डी क्लब बैडमिंटन की टीम कहते कलकल की टीम है पंजाब के कबड्डी कपां से कहते भी सैंडी मान होना दे सुखे धालीवाल होना भी स्पोंसर की टीम है उधर वेखते भी साढ़े वीर सोनी सवदी वर्गे वह भी मैचों को तक रहे हैं मैं भी बबी थोड़ा समा बाकी है नौजवाना इधर हरमनदीप सिंह गीतकार बबी गजन वाला वह भी पुजा हुआ है नाल भीरी बंब है इधरले बने पॉइंट जाफिया का मैं भी इधर साढ़ा वीर राजू इधर राजा काली कनेडा नाजर के 100 रुपया ये जाफी लई है इधर सोनू लई है भी 100 रुपया कोरे कर ली नोट सोनू नथो के चल भी वाह सुखा वाह राजा काली ते लखा काली 500 रुपया ते नाल ही गोरे वालों इधर इना आ कबड्डी दे जी आ कबड्डी का 500 है सोनू नौजवान पीतो वाह आ लै भी पीतो मीनिया लिख दे भाई पीतो मीनिया पिंड वाह पीतो मीनिया वाला इधर कोई गल नहीं पहन दो कबड्डी हले चल भी वाह सोना लखा काली 200 इधर राजू 500 पूरा टीम कर लो क्योंकि वखो वखरे हो गए हैं क्योंकि जफे काफी जो बनाने लाते हैं जे टुटे हुए तो 300 सोने का हो गया तीन जफ्फिया का सोने का 300 हो गया मैं समाप्त हो गया 600 हो गया जी अपना 400 पहली कबड्डी ते सी इधर सोने नू राजा काली कनेडा नाल लखा और नाल गोरा साडा वीर नाचर के इधर 500 रुपया है एक लकी दे वास्ते सोने वास्ते जी जापी सोना ही है सोने वास्ते अपने दोनों टीम आ जाओ मेरे वीर नाम लैन जरा मैच होके हटिया लोपो दे पॉइंट 18 ते याद कबड्डी बैडमिंटन कालकलां 20.5 चलते मैच विचों कालकलां दी टीम जिहड़ी जेतु रही है हाँ भाई दर्शक वीर बेनती के फाइनल मैच तो हाले जो पटाके वाला रहा ढाली रेलिंग 100 रुपया गगन जलाल लियो
ਜਿਹੜਾ ਕਲ ਕਲਾਂ ਤੇ ਮਾਲਾ ਕਲਾਂ ਦੇ ਵਿੱਚ ਖੇਡਿਆ ਜਾਣਾ ਹੈ ਉਹ ਮਾਲਾ ਕਲਾਂ ਦੀ ਟੀਮ ਨੂੰ ਬੇਨਤੀ ਕਿ ਉਹ ਕੱਪੜੇ ਤਾਰ ਕੇ ਗਰਾਊਂਡ 'ਚ ਆਵੇ ਕੱਲਾਂ ਵਾਲੇ ਤਾਂ ਗਰਾਊਂਡ 'ਚ ਹੀ ਹੈ ਬੱਬੀ ਮੇਰਾ ਵੀਰ ਬੱਬੀ ਸਟੇਜ ਦੇ ਅੱਗੇ ਆ ਜੇ ਬੱਬੀ ਹਰਮਨਦੀਪ ਬੱਬੀ ਲੈਣਾ ਉਹ ਸਟੇਜ ਅੱਗੇ ਆ ਜੇ ਹਰਮਨਦੀਪ ਬੱਬੀ ਲੈਣਾ ਹਰਮਨਦੀਪ ਸਿੰਘ ਬੱਬੀ ਲੈਣਾ ਮੇਰਾ ਵੀਰ ਸਟੇਜ ਦੇ ਅੱਗੇ ਆ ਜਾਵੇ ਨਾਲ ਹੀ ਇਧਰ ਮਾਲੇ ਵਾਲਾ ਕੁਲਦੀਪ ਕਹਿੰਦਾ ਵੀ ਮੈਂ 10 ਮਿੰਟਾਂ ਦੇ ਵਿੱਚ 300 ਡੰਡ ਮਾਰਾਂਗਾ ਇੱਕ ਵਾਰੀ ਤਾੜੀਆਂ ਮਾਰ ਦੇ ਇਸ ਗੱਭਰੂ ਦੇ ਨਾਂ ਤੇ ਵੀ ਹਰਮਨਦੀਪ ਸਿੰਘ ਬੱਬੀ ਲੈਣਾ ਮੇਰਾ ਵੀਰ ਸਟੇਜ ਦੇ ਅੱਗੇ ਅੱਗੇ ਸੰਪਰਕ ਕਰੇ ਹਰਮਨਦੀਪ ਬੱਬੀ ਲੈਣਾ ਗੱਜਣ ਵਾਲਾ हाँ भाई आज जो फाइनल मैच होना है जो जो बेस्ट रेडर बेस्ट स्टॉपर सिलेक्ट किया जाना है उन्हें फ्रिजा दित्तियां जानियां दर्शक वीर खिडारी वीर ध्यान देन आ फाइनल मैच जो होना है माला कलां ते कल कलां दे विच जो बेस्ट रेडर ते बेस्ट स्टॉपर चुनिया जाना है उन्हें फ्रिजा दित्तियां जानियां सो दोनों टीमों बेनती कि वो ग्राउंड के पहुंच के दर्शक वीर बेनती कि जे जान ना अरे तो कल कलां दा ते माला कलां दा फाइनल मैच जिहड़ा हुण जा रहा पप्पू सिंह जी मिस्त्री कुशालिका इधर अंबू दे लई विशेष तौर पर मान सम्मान ਇਹਨਾਂ ਸਾਡੇ ਆਪਣੇ ਹੱਥਾਂ ਦੀ ਕੀਤੀ ਹੋਈ ਕਲਾਕਿਰਤੀ ਭੇਟ ਕਰ ਰਹੇ ਆ ਜੀ ਬੜੀ ਵਧੀਆ ਇਹ ਸਿਨਰੀ ਜਿਹੜੀ ਕਹਿੰਦੀ ਇੱਕ ਜਿਹੜੀ ਇੱਕ ਚੀਜ਼ ਜਿਹੜੀ ਸਪੈਸ਼ਲ ਤੌਰ ਤੇ ਬੇਸ਼ੱਕ ਹੋਰ ਮਾਨ ਸਨਮਾਨ ਮਿਲੀ ਜਾਣਗੇ ਪਰ ਹੱਥੀ ਘੜੀ ਹੋਈ ਚੀਜ਼ ਕਿਸੇ ਨੂੰ ਮਿਲਦੀ ਹੈ ਨਾਲ ਹੀ ਇੱਧਰ ਭਾਈ ਸਾਹਿਬ ਭਾਈ ਪਰਪਕਾਰ ਸਿੰਘ ਜੀ ਸੰਘਾ ਡੋਲੀ ਸਾਹਿਬ ਡੋਲੀ ਭਾਈ ਸਾਡੇ ਦਰਮਿਆਨ ਪੁੱਜੇ ਨੇ ਸੰਘਾ ਸਾਹਿਬ ਜੀ ਆਏ ਆਖਦੇ ਆ ਭਾਈ ਸਾਹਿਬ ਨੂੰ ਵੀ ਇੱਥੇ ਆਉਣ ਤੇ ਇੱਧਰ लाली सरपंच जी ना ही राजा वीर जी और ना ही इधर साढ़े गमदूर सिंह जी बराड़ साहब इधर अमनदीप सिंह अंबू कबड्डी खिडारी कहते भी मईया वाले के खेल मेले से मुंडे का मोटरसाइकिल मान सम्मान होगा उधर जसविंदर सिंह जी दुबई वाले लगे वाला पिंड है वह भी विशेष तौर पर पुजे हुए हैं धन्यवाद है इधर मान सम्मान भी खिडारियों बख्शे जा रहे हैं ना ही मेरी बेनती है बेस्ट रेडर ते बेस्ट जापिया दे लई कहिंदे वी फ्रिजा होणगियां फ्रिजा होणगियां बेस्ट रेडर ते बेस्ट जापिया दे लई सिक्योरिटी वाले मेले मेले दा पंजाब दे तुसी वी सारे ला ले है पर इहो जिहा सुपर रेडर नहीं किते मिले होना जिहनूं थोड़े तों नहीं जफा लगदा नचदा है अज वक्खो वक्खरे रंग है पर मेरी बेनती है वी ग्राउंड दी महानता समझ के ग्राउंड इदा के काम किए जा बेनती है जुगनू धन्ना शहीद हिंदा स्कूल इन्हों दोनों खिलाड़ियों का सम्मान चिन्ह किया जाए स्टेज के अगे आ जाए हाँ भाई दोनों कबड्डी खिलाड़ी हाँ जी जीत सिंह प्रधान गुरद्वारा कमेटी वालों अपने कलां दे खिडारी जिहड़े हुण खेडणगे जिहड़ा खिडारी दो जफ्फे लावेगा जरूरी नहीं भी लगातार ही लाउणे आ उहनूं 200 रुपया उहनां लो इनाम दित्ता जाऊगा जिहड़ा खिडारी दो जफ्फे लाऊगा भावें लगातार ला लवे भावें ठहर के ला लवे 200 रुपया
और नाल ही जिहड़ियां फाइनल दीआं दो टीमां ने एक पासे बाबा हीरा दास की याद विच बनी हुई टीम माला कला और दूजे पासे जिहड़ी टीम है आजाद कबड्डी क्लब एडमिंटन कल कला फाइनल दीआं दो टीमां ने हुण काफ़ी सारिया टीमों के नेत्र के आईया दो टीमां सामने है हुण देखांगे भी फ्रिजा कौन लेके जाएगा प्रबंधकी कमेटी वाले वीर सलाह करते भी कि घर जेठहाट के कुल्फी है जमनी है तो कि कहते भी आइसक्रीम खानी है कि घर फ्रिजा जानी है ये समय ने दसना है आप सारे इंतजार करा और टीमों को बेनती भी थोड़े समय की रेस्ट है जी 5-10 मिनट की और टीम कृपा करके खेड के मैदान के आ जाए ये टीम प्रति मेरी बेनती है आजाद नाल ही साढ़े वीर रुपिंदर होनी मानसरवान भेजते धन्यवाद करते भाई सुखे होनी उन्हों का भी कबड्डी दी टीमों मेरी बेनती है भी कृपा करके कबड्डी दी टीम खेड के मैदान के आ जाए नाल ही माले वाला कहते भी डंड मार रहा है इधर भी आप जरा ध्यान देना और मेरी बेनती है हथ बन के आजाद कबड्डी क्लब एडमिंटन कल कला माला ये टीम कोच समय की रेफ तो बाद ग्राउंड के आनगी है और नाल असी बेनती करते हैं सारे खिलाड़ी वीरों भी 5, 6, 7 तरीक कहें भी ढले कहें कबड्डी कप की है 5, 6, 7 तरीक ढले कहें कबड्डी कप की है हिंदा शकूर वाला कहें भी अज वह मान सम्मान हो रहा नाल जुगनू है धने शीर वाला दो प्लेयर का जरा मान सम्मान हो रहा सा वालों आप धन्यवाद करते हैं कबड्डी के सिरे के प्लेयर दोनों ही हिंदा भी कहें टॉप का जाफी है तो जुगनू भी कहें अत करा पंजाब के कबड्डी कप के अज मान सम्मान बख्शे जा रहे दोनों इन प्लेयर के लिए साडा वीर सेमा आके चमकौर में मिल लवे सेमा साडा वीर जरा पॉइंट लिखता साढ़े वीर चमकौर के संपर्क कर लवे क्योंकि फाइनल के आप बैफ्ट जाफी तो बैफ्ट रेडर कढ़ने है ये मेरी बेनती है मान सम्मान बख्शे जा रहे ने धने शहीद वाले जुगरू के लिए हिंदे के लिए हिंदे का पिंड कहते भी शकूर है जुगरू का पिंड कहते भी धना शहीद है पूरी दुनिया भर के प्रसिद्ध है नित नित नहीं कहो जे कहते भी यहोजे मान सम्मान मिलते तो नित नित नहीं मावा यहोजे पुतों नूं जन्म दिंदी है कि हजारों साल नर्ग सपनी बेनूरी पे रोती है बड़ी मुश्किल से होता है चमन में दिदावर पैदा नित नित नहीं मावा यहोजे पुतों नूं जन्म दिंदी है और नित नित नहीं यहोजे मान सम्मान मिलते रणपिंदर स्टेज पर आके स्टैंपी नूं मिले रणपिंदर स्टेज पर आके स्टैंपी नाल संपर्क करे हुण कहिंदे वी निचोड़ है पूरे कबड्डी कप का फाइनल मैच खेडिया जाना माला वर्सिज आजाद कबड्डी क्लब एडमिंटन कल कल दोनों टीमों का कहिंदे वी टॉप का मैच खेडिया जाना है काफ़ी सारिया टीमों के नेत्र के दो टीम सामने आईया ने एक पासे टीम जी माले की है दूजे पासे टीम आजाद कबड्डी क्लब एडमिंटन की टीम है सेमा पॉइंटा वाला साडा वीर ग्राउंड के आ जाए सेमा पॉइंटा वाला साडा वीर ग्राउंड के आ जाए सेमे नूं बेनती है सेमे हुण शामा पैन नूं आईआं मेरे वीर बेनती है भी ग्राउंड के आ जा क्योंकि हुण लास्ट मैच है
कबड्डी दी टीमों भी बेनती है भी टीम आजाद कबड्डी कला बैडमिंटन कल कला कहते भी माले की टीम जल्दी ग्राउंड के आ जाए नाल कुलदीप ने 300 डंड मारे ना भी तुसी मान सम्मान करियो तुहाडी कचहरी दे विच आ रहे हैं बेनती है मेरी हाथ बन के माला कला ते आजाद कबड्डी क्लब एडमिंटन कल कला अपनी बेनती है भी कल कला ते माला भी टीम जल्दी ग्राउंड दे विच आ जाण ਕੱਲ ਕਲਾਂ ਤੇ ਮਾਲਾ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਕੱਲ ਕਲਾਂ ਤੇ ਮਾਲੇ ਦੀਆਂ ਟੀਮਾਂ ਨੂੰ ਬੇਨਤੀ ਹੈ ਫਾਈਨਲ ਦੇ ਲਈ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਿ ਮਿੱਤਰੋ ਸ਼ਾਮਾ ਪੈਣ ਨੂੰ ਆਈਆਂ ਤੇ ਕਿਹਨੂੰ ਮਿਲਣੀਆਂ ਅੱਜ ਵਧਾਈਆਂ ਕਹਿਣ ਟੀਮਾਂ ਦੇ ਪਲੇਅਰ ਹੁਣ ਲੌੜੀ ਨਹੀਂ ਉਹ ਦੇਰ ਆਪਾਂ ਜਿੱਤ ਵਾਲੇ ਝੰਡੇ ਦੇਣੇ ਗੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਸਵੇਰ ਕਹਿੰਦੇ ਵੀ 9 ਵਜਣ ਤੋਂ ਪਹਿਲਾਂ ਨੇ ਦਰਸ਼ਕ ਵੀਰ ਬੈਠੇ ਆ ਚਾਰ ਚਫੇਰੇ ਜਿਨ੍ਹਾਂ ਨੇ ਘਰ ਦੇ ਜਿਹੜੇ ਕੰਮ ਕਹਿੰਦੇ ਵੀ ਪੰਜਾਬ ਰਜੇਵਿਆਂ ਦੀ ਧਰਤੀ ਆ ਪਰ ਮਾਂ ਖੇਡ ਕਬੱਡੀ ਦੇ ਲਈ ਜਿਹੜੇ ਸਾਰੇ ਰਜੇਵੇਂ ਰੱਦ ਕੀਤੇ ਆ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਦਰਸ਼ਕ ਵੀਰਾਂ ਦਾ ਜਿੰਨੇ ਵੀ ਸਾਡੇ ਇਲਾਕੇ ਦੇ ਪੰਚ ਸਰਪੰਚ ਨੰਬਰਦਾਰ ਜੈਲਦਾਰ ਪੁੱਜੇ ਹੋਏ ਨੇ ਪਿੰਡੂ ਕਲੱਬਾਂ ਦੇ ਪ੍ਰਧਾਨ ਪੁੱਜੇ ਹੋਏ ਨੇ ਉਹਨਾਂ ਦਾ ਧੰਨਵਾਦ ਹੈ ਗੁਰਦੁਆਰਾ ਗੁਰੂ ਸਰ ਪ੍ਰਬੰਧਕ ਕਮੇਟੀ ਕੱਲ ਕਲਾਂ ਦੀ ਤਰਫੋਂ ਔਰ ਮੁਬਾਰਕਬਾਦ ਹੈ ਸਾਡੇ ਪ੍ਰਬੰਧਕ ਵੀਰਾਂ ਨੂੰ ਵੀ ਜਿਹੜਾ ਅੱਜ ਦਾ ਇਹ ਲਾਸਟ ਦਿਨ ਨਿਰਵਿਘਨ ਸਮਾਪਤੀ ਦੇ ਵੱਲ ਵਧ ਰਿਹਾ ਹੈ ਔਰ ਇਸ ਕਬੱਡੀ ਕੱਪ ਨੇ ਕਹਿੰਦੇ ਵੀ ਅਗਲੇ ਸਾਲ ਫਿਰ ਹੋਣ ਦਾ ਲਾਰਾ ਲਾ ਕੇ ਸਾਥੋਂ ਕਾਫੀ ਸਮਾਂ ਜਿਹੜਾ ਦੂਰ ਚੱਲਿਆ ਜਾਣਾ ਹੈ ਫਿਰ ਅਗਲੇ ਸਾਲ ਰੌਣਕਾਂ ਲੱਗਣਗੀ ਆ ਇਸ ਤਰ੍ਹਾਂ ਵੱਡਾ ਇਕੱਠ ਹੋਵੇਗਾ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਪਰ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਬਲ ਬਖਸ਼ੀ ਇਹਨਾਂ ਪ੍ਰਬੰਧਕ ਵੀਰਾਂ ਨੂੰ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਆਸਾਂ ਨੇ ਮੇਰੀ ਬੇਨਤੀ ਹੈ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਕੱਲ ਕਲਾਂ ਤੇ ਨਾਲ ਬਾਬਾ ਹੀਰਾ ਦਾਸ ਸਪੋਰਟਸ ਕਲੱਬ ਮਾਲਾ ਕਲਾਂ ਬਈ ਟੀਮਾਂ ਨੂੰ ਬੇਨਤੀ ਹੁਣ ਬਾਰ ਬਾਰ ਕਹਿੰਦੇ ਚੰਗੇ ਵੀ ਨਹੀਂ ਲੱਗਦੇ ਟੀਮਾਂ ਨੂੰ ਆਪ ਨੂੰ ਵੀ ਪਤਾ ਅਹਿਸਾਸ ਹੋਣਾ ਚਾਹੀਦਾ ਕਿ ਹਨੇਰਾ ਹੋ ਰਿਹਾ ਦਰਸ਼ਕ ਉਤਾਵਲੇ ਹੈ ਹੁਣ ਤਾਂ ਮੈਚ ਹੋਏ ਨੂੰ ਵੀ 10 ਮਿੰਟ 15 ਮਿੰਟ ਹੋ ਗਏ ਹੈ ਸੋ ਟੀਮਾਂ ਨੂੰ ਬੇਨਤੀ ਹੈ ਕਿ ਗਰਾਊਂਡਾਂ ਦੇ ਵਿੱਚ ਆਉਣ ਤਾਂ ਕਿ ਜਿਹੜਾ ਉਹ ਮੈਚ ਦਰਸ਼ਕ ਮੈਚ ਦਾ ਆਨੰਦ ਮਾਣ ਸਕਣ ਮੇਰੀ ਬੇਨਤੀ ਹੈ ਵੀ ਦੋਨੇ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਕਿਰਪਾ ਕਰਕੇ ਦੋਨੇ ਟੀਮਾਂ ਨੂੰ ਬੇਨਤੀ ਹੈ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਕੱਲ ਕਲਾਂ ਵਰਸਿਜ ਬਾਬਾ ਹੀਰਾ ਦਾ ਸਪੋਰਟਸ ਕਲੱਬ ਮਾਲਾ ਕਲਾਂ ਦੋਨੇ ਟੀਮਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਉਹ ਦੋਨੇ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਪੁੱਜਣ ਮੇਰੀ ਬੇਨਤੀ ਹੈ ਫਾਈਨਲ ਖੇਡਿਆ ਜਾਣਾ ਹੈ ਸਾਰੇ ਕਬੱਡੀ ਕੱਪ ਦਾ ਨਿਚੋੜ ਹੈ ਤੇ ਦੋ ਫਰਜਾਂ ਦਿੱਤੀਆਂ ਜਾਣੀਆਂ ਵੱਡੀਆਂ ਫਰਜਾਂ ਦਿੱਤੀਆਂ ਜਾਣੀਆਂ ਬੈਸਟ ਟ੍ਰੇਡਰ ਤੇ ਬੈਸਟ ਜਾਫੀ ਦੇ ਉੱਪਰ ਹਿੱਕ ਦਾ ਜ਼ੋਰ ਪਰਖਿਆ ਜਾਵੇਗਾ ਔਰ ਜਿਹੜੇ ਮਾਨ ਸਨਮਾਨ ਕਹਿੰਦੇ ਵੀ ਪਹਿਲਾਂ ਸ਼ਾਨਦਾਰ ਸੋਨੇ ਰੰਗੇ ਕੱਪ ਦਿੱਤੇ ਗਏ ਹੈ ਤੇ ਹੁਣ ਜਿਹੜੀਆਂ ਦੋ ਫਰਜਾਂ ਉਹ ਤੁਸੀਂ ਹਿੱਕ ਦੇ ਜ਼ੋਰ ਨਾਲ ਲਿਜਾਣੀ ਹੈ ਕਿਹਦੇ ਘਰ ਦਾ ਸ਼ਿੰਗਾਰ ਬੰਨਣਗੇ ਉਹ ਸੋਨੇ ਰੰਗੀਆਂ ਜਿਹੜੇ ਸਾਡੇ ਕੋਲ ਕੱਲ ਕਲਾਂ ਸੀ ਜਿਹੜੀ ਕੱਲ ਕਲਾਂ ਦੀ ਟੀਮ ਸੀ ਟੀਮ ਉਹਦਾ ਖਿਡਾਰੀ ਜੱਸਾ ਉਹਦਾ ਨਾਮ ਹੈ ਸਾਡੇ ਕੋਲ ਸਟੇਜ ਤੇ ਜੱਸਾ ਆ ਕੇ ਸਾਡੇ ਕੋਲ ਆਪਦਾ ਨਾਮ ਲੈ ਜਾਵੇ ਕੱਲ ਕਲਾਂ ਸੀ ਟੀਮ ਦਾ ਖਿਡਾਰੀ ਜੱਸਾ ਉਹ ਸਟੇਜ ਤੋਂ ਆ ਕੇ ਆਪਣਾ ਨਾਮ ਲੈ ਜਾਵੇ ਮੇਰੀ ਬੇਨਤੀ ਹੈ ਵੀ ਜਿਹੜਾ ਜੱਸਾ ਸਾਡਾ ਵੀਰੋ ਮਾਨ ਸਨਮਾਨ ਲੈ ਲਵੇ ਆਪਦਾ ਨਾਲ ਹੀ ਬੇਨਤੀ ਹੈ ਕੱਲ ਕਲਾਂ ਤੇ ਮਾਲੇ ਦੀਆਂ ਟੀਮਾਂ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਕੱਲ ਕਲਾਂ ਬਾਬਾ ਹੀਰਾ ਦਾ ਸਪੋਰਟਸ ਕਲੱਬ ਮਾਲਾ ਕਲਾਂ ਦੋਨੇ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਵਿੱਚ ਜੰਗਲਾਂ ਝੱਲਾਂ ਦੇ ਮਿੱਤਰੋ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਠੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁੱਝੇ ਕੌਣ ਠੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁੱਝੇ ਅੱਜ ਕਹਿੰਦੇ ਵੀ ਜਿਹੜੇ ਤੂਫਾਨ ਠੱਲੇ ਜਾਣੇ ਆ ਹਨੇਰੀਆਂ ਨੂੰ ਜਫੇ ਲੱਗਣੇ ਆ ਅੱਜ ਕਹਿੰਦੇ ਵੀ ਵੱਡਾ ਜਿਹੜਾ ਇਤਿਹਾਸ ਰਚਿਆ ਜਾ ਰਿਹਾ ਕੱਲ ਕਲਾਂ ਦੀ ਧਰਤੀ ਕਹਿੰਦੇ ਵੀ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਪਲੇਅਰ ਹੈ ਜਿਵੇਂ ਪਹਿਲਾਂ ਸਾਡੇ ਵੀਰ ਸੁੱਖ ਹੋਣੇ ਨੇ ਦੱਸਿਆ ਸੀ ਵੀ ਮੰਗਲ ਨੇ ਕਹਿੰਦੇ ਹੇਜ ਵੱਲੋਂ ਖੇਡਣਾ ਇੰਗਲੈਂਡ ਦੇ ਵਿੱਚ ਅੰਬੂ ਦੀ ਚੋਣ ਕਹਿੰਦੇ ਵੀ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਵਾਲਿਆਂ ਨੇ ਕੀਤੀ ਹੈ ਤੇ ਰਿਚਮੰਡ ਵਾਲੇ ਕਹਿੰਦੇ ਵੀ ਅਰਕੀ ਸੋਨਾ ਸੀਜ਼ਨ ਦਾ ਸਾਨੂੰ ਦੇ ਦਿਓ ਤੁਸੀਂ ਸੋਨਾ ਕੱਲਾਂ ਵਾਲਾ ਕਹਿੰਦੇ ਵੀ ਰਿਚਮੰਡ ਦੀ ਟੀਮ ਵੱਲੋਂ ਖੇਡਣਾ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਬਾਕੀ ਪਲੇਅਰ ਹੈ ਉਹਨਾਂ ਦੀਆਂ ਗੱਲਾਂ ਵੀ ਆਪਾਂ ਫਿਰ ਕਿਸੇ ਕਬੱਡੀ ਕੱਪ ਤੇ ਆਪ ਸਭ ਦੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਵੀਰਾਂ ਨੇ ਜਿਹੜੇ ਪੁਰਾਣੇ ਪਲੇਅਰ ਹੈ ਜਿਨ੍ਹਾਂ ਨੇ ਕਬੱਡੀ ਖੇਡੀ ਹੈ
खेडी हुई कबड्डी से चार रन पाई थी साडे सत्कारयोग वीर सुटेज ते जिम्मेवारियां नूं सांभी बैठे जिन्होंने पुराने प्लेयरां ने जिहड़ियां गल्लां बातां दसियां सी बड़ियां सराहण योग सी भी टॉप की कबड्डी पुराने प्लेयरां ने कबड्डी खेडी है पर नौजवान सुखे वर्गे कहिंदे भी जिहड़े कबड्डी खेड रहे हैं नौजवान कहिंदे भी मंगल वर्गे अंबू वर्गे ये कहिंदे भी सोने वर्गे मंगल वर्गे जिहड़े टॉप दे प्लेयर है किड्डे भागां वाले प्लेयर है भी कबड्डी विरसे दे विचों मिली है पहला वड बढ़ेरिया ने कबड्डी खेडी है तो हुण कहिंदे भी जिहड़ी खेड इन्हां नौजवानां ने सांभी हुई है मेरी बेनती है आजाद कबड्डी क्लब एडमिंटन घल कला वरसुज बाबा हीरा दास स्पोर्ट्स क्लब माला कला माला कला ते नाल ही बेनती है घल कला माला ते घल दीआं टीमां नूं बेनती है क्योंकि दर्शकों ने पूरे पंजाब दे विचों संगत पुजी हुई है बड़ी दूर दराडे पुजे हुए है मेरी बेनती है भी टीमां जल्दी ग्राउंड दे विच आ जाण काफ़ी दूर तो संगत पुजियां ने सारे ने घरों घर ही जाना एक गल मैं कह नहीं चाहता पर फिर भी कई बार कहना भी कोई मोड़ा माड़ा दे खड़ जाता मेरे वीर पहला तो पैसे खोहते जे पैसे ना कोले होण तो फिर धौल धफा करते हैं ये मेरे नाल भी होई सी मध्य च गया सी नाले चपेड़ा मार के नाले पैसे लै गए मेरी बेनती है भी संगत ने दूर दुराडे घरों घर ही जाना हथ बन के बेनती है भी कृपा करके जिहड़ियां टीमां ने ग्राउंड दे विच आ जाण संगत ने दूर जाना करो करी सारिया ने काफ़ी समय तो जिहड़ियां अनाउंसमेंटां कीतियां जा रही ने रैफरी वीर ग्राउंड दे विच आ गए ने मेरी बेनती है भी भैणी भाई ये बड़ा फाइनल मैच खेडिया जाना है बूरी मझ ने सिंघ वर्गा मैच है कहिंदे भी वड्डी राशि दित्ती जानी है वड्डे प्रबंध ने साडे वीरां ने रेशम सिंह तैयारियां फड़लियां मेरे वीर फाइनल मैच आ माले की टीम नूं बेनती है ते नाल घल्लां दी टीम आ जावे भाई समझ नहीं आती टीमां इन्ना इंतजार क्यों करवा रही दर्शकों तो असी बार बार बेनती भी कर रहे हैं जे साढ़े तो कुछ होर मना चाहिए तो असी सारे दर्शकों नू लै आने उन्हां टीमां कोले उन्हां दी मिहनत कर लैने भी आ जाओ ग्राउंड दे विच समझ नहीं आती टीमां क्यों इन्ना जिहड़ा हैगा दर्शकों दी अखां पक रही हैं और किसी ने दूर नेड़े भी जाना हुंदा उह तुहाडा सिर्फ मैच वेखण दे मारे लोग रुके खड़े आ जे तुसी लोकां दे नाल इस तरह का सहयोग नहीं करते तो फिर दर्शकों का भी तुहाडे प्रति जिहड़ा कमेंट्स है वह एडे वधिया नहीं हो सकते टीमां नूं बेनती असी बेनती कर रहे हैं मेहनत कर रहे हैं जो साढ़े तो उन्होंने कोई होर घुमाना वह भी कह सकते हैं पर समझ नहीं आती भी टीमां फिर भी क्यों नहीं आउंदियां ग्राउंड दे विच अपनी बेनती है भी टीमां जल्दी आ जाए ग्राउंड दे विच टीमां जल्दी ग्राउंड दे विच आ जाए हुण दर्शक भी लाला लाला करते हैं क्योंकि सुबह तो कहिंदे भी जिथे बैठे है उत्थे बैठे है किसी ने कोई कहिंदे भी जिहड़ा चाह पानी भी मैनूं लगता नहीं छकिया क्योंकि मैच पूरे टॉप दे लगे अज एक एक पॉइंट जिहड़ा देखण योग सी दर्शक वीर सुबह तो लैके जिथे बैठे ने उत्थे बैठे है क्योंकि रब इन्हां लोकां दे विच वसदा है मेरी बेनती है भी कबड्डी दीआं टीमां जल्दी खेड दे मैदान दे विच आ जाण मेरी हथ बन के बेनती है आजाद कबड्डी क्लब एडमिंटन घल कला वारसी बाबा हीरा दास स्पोर्ट्स क्लब माला कला और नाल ही असीं सिक्योरिटी वाले वीरां दा भी धन्नवाद करदे जिन्हां ने सुबह तो लैके वड्डियां ड्यूटियां सांभियां होईआं ने जिम्मेवारियां नूं सांभिआ होईआ है इन्हां दा भी धन्नवाद है जे किसे कबड्डी कप दे किसे फंक्शन दी लोड़ है ते इन्हां नाल संपर्क कर सकदे हो तुसीं इन्हां दे नंबर होणगे कार्ड वगैरह होणगे उह तुसीं लै सकदे हो टेंट वाले वीर दा भी धन्नवाद है स्टूडियो वाले वीरां दा भी धन्नवाद है कली वाले वीर दा भी धन्नवाद है जिहने पॉइंट लिखे उहनां वीरां दा भी धन्नवाद है प्रबंधक वीर सारे का धन्नवाद है जिन्होंने तनो मनो धनो सेवा की है सारे का विशेष तौर पर धन्नवाद है हुण कबड्डी दी टीमों नूं बेनती है भी वह टीम ग्राउंड च आ जाण भाई ये तो दर्शकों वालों वेखो कबड्डी दी टीम ग्राउंड च आ जाण कृपा करके एक तरह के कह रहे हैं भी थोनों झड़का कबड्डी दी टीम नूं बेनती है भी टीम जल्दी खेड दे मैदान दे विच आ जाण कबड्डी दी टीम नूं मेरी बेनती है कबड्डी दी टीम नूं बेनती है भी कबड्डी दी टीम जल्दी आ जाण क्योंकि नेरा हो जाना है नेरे दे विच कहिंदे भी जजमेंट करनी भी औखी है
मेरी हाथ बन के बेनती है भी टीम ग्राउंड च आ जाओ। हाँ भी प्लेयर असी ये दस देना चाहते हैं कि देखो थोड़ी गेम बरकरार रखने के लिए गुरद्वारा प्रबंधक कमेटी ने किन्ना उपराला किया, पिंड ने किन्नी हिम्मत की है, किन्ना फंड कट्ठा किया, सारा हुण लोग इसे आनंद मानन के लिए हुण तंग हो रहे हैं। दसो तुहाडी खातर असी तुहानू इन्नी इन्नी वेट कर रहे हैं, तो मतलब जानबुझ के नहीं तुसीं आ रहे, जानबुझ के नेरा कर रहे हैं। ये थोड़ी बहुत वड्डी एक घाट है एक स्पोर्ट्समैन दे विच, इस स्पिरिट होनी चाहिए है कि मैं अपनी गेम दिखावा सामने लोगों, इस करके जानबुझ के हनेरा ना करो। बाहरले इलाके दे भी जिहड़े दर्शक आए हुए आ, अपने पिंड दे दर्शक आ, होर भी सारिआं नूं ये चंगा नहीं लगता गा। फाइनल मैच आ, असीं समय सिर उहनां नूं दिखाईए, समय सिर मैच खत्म करिए। इहो जिहीआं जिहड़ीआं घाटां है साडे टूरनामेंट दे विच अड़िक्का बण जांदीआं। ठीक है, दो चार मिनट दे दो, जे आउंदे आ ते नहीं आउंदे फिर इस तरह इहदा कोई ना कोई हल तां करना ही पऊगा। नाल ही जिहड़ी सौ खवाई जाणी है, क्योंकि मैच रख के नहीं लाउण देणा, बोल के सौ खानी है, माइक के उपर सौ खवाई जानी है भी मैच रल के नहीं लाना। प्रबंधक वालों बेनती है और मेरी एक हाथ बन के बेनती है भी जेकर दो मिनट के फाइनल टीम नहीं आदि ने साढ़े। हाँ देखो तुम टाइम नाल आ जाते, पहला एक घंटा पहला खराब होया, अद्धा घंटा हुण हो गया, साढ़े भीर घंटा पहला जिहड़े मैचा खत्म हो जाने सी, सारे दो मिनट भी जे टीम नहीं आउंदियां ते सारा नाम साढ़े भीर कहिंदे भी गुरद्वारा साहब दे दित्ता जाणा, सारा इनाम गुरद्वारा साहब दे दित्ता जाणा जे दो मिनट के टीम नहीं आउंदियां। दो मिनट के टीम आ जाण कृपा करके बेनती है, दो मिनट हुण तुहाडे लई। नाली जाल ते आपां भार नहीं देना, मेरी बेनती है जाल ते भार नहीं देना। इहो जिहियां जिहड़ियां प्लेयरां दीआं आदतां जिहड़ियां इह सारे नूं किसी भी आदमी नूं चंगीआं नहीं लगदीआं, ते असीं तां वार वार बेनती करदे हां कि स्पोर्ट्समैनशिप दे नाल चंगे गुणां दे नाल इत्थे अपनी गेम दिखाओ, ते तुसीं इस तरह लुकण वाली। नाली इक स्टॉपवॉच ग्राउंड दे विच पहुंचदी कर दित्ती जावे, लगूगा चलो जाल छड़ दो कृपा करके, बेनती है भी लास्ट मैच खेडा जाना, जाल छड़ दो कृपा करके, मेरी हाथ बन के बेनती है। एक मिनट बीत चुका है, एक मिनट बाकी है। हेलो हाँ जी, जेड़ी टीम पहला होगी ओदी रेड होगी, अनाउंस कर दो। जेड़ा पहला आएगा ओदी पहली कबड्डी है, जेड़ा पहला आ गया ओदी पहली कबड्डी है। आजाद कबड्डी क्लब एडमिंटन कल कला वर्सिज बाबा हीरा दास क्लब महला कला, जोड़ा पहला आ गया वो पहली कबड्डी है। माले की टीम पहला आ गई है, सारे प्लेयर आने फिर कबड्डी मिलनी है, सारे प्लेयर आने तो कबड्डी फिर दिती जानी है। माले की टीम का एक प्लेयर आ गया, मेरी बेनती है कल की टीम जल्दी आ जाए, कल की टीम की बेनती है शमे वीर जल्दी आओ, नाल सोने वर्गे साढ़े सारे ही सत्कारयोग वीर है। मेरी बेनती है भी माले की टीम के प्लेयर आ गए है, ਘੱਲਾਂ ਦੀ ਟੀਮ ਦੇ ਪਲੇਅਰ ਗਰਾਊਂਡ ਦੇ ਵਿੱਚ ਆ ਕੇ ਘੱਲਾਂ ਦੀ ਟੀਮ ਨੂੰ ਬੇਨਤੀ ਹੈ। ਹੈਲੋ ਸੌ ਲੱਗੇ ਬਾਈ, ਸਾਡਾ ਮੈਚ ਲੱਗੂਗਾ, ਛੇਵੇਂ ਪਾਸ਼ਾ ਜੀ ਸੌ ਸਾਡਾ ਮੈਚ ਲੱਗੂਗਾ ਬਾਈ, ਜਲਦੀ ਆ ਕੀ ਆ ਰਹੀ ਹੈ।
ਘੱਲਾਂ ਦੀ ਟੀਮ ਆ ਜਾਵੇ ਗਰਾਊਂਡ ਦੇ ਵਿੱਚ। ਘੱਲਾਂ ਦੀ ਟੀਮ ਨੂੰ ਬੇਨਤੀ ਹੈ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਕਾਲੇ ਨੂੰ ਬੇਨਤੀ ਹੈ ਵੀ ਕਾਲਿਆਂ ਨੂੰ ਜਗਮਗ ਜਗਮਗ ਕਰਾਵੇ ਕਲੀ ਪਾ ਕੇ ਨੌਜਵਾਨ ਜਿੱਥੇ ਵੀ ਲੱਗਦਾ ਵੀ ਲੈਣਾ ਮਾਧਮ ਹੈ ਕਲੀ ਪਾਵੇ। ਸਾਡੀ ਬੇਨਤੀ ਹੈ ਵੀ ਘੱਲਾਂ ਦੀ ਟੀਮ ਦੇ ਪਲੇਅਰ ਗਰਾਊਂਡ ਚ ਆ ਜਾਣ। ਘੱਲਾਂ ਦੀ ਟੀਮ ਨੂੰ ਬੇਨਤੀ ਹੈ ਵੀ ਬੇਨਤੀ ਆ ਵੀ ਮਾਲੇ ਦੀ ਟੀਮ ਗਰਾਊਂਡ ਚ ਆ ਜਾਵੇ। ਮਾਲੇ ਦੀ ਟੀਮ ਆ ਗਈ ਆ, ਘੱਲਾਂ ਦੀ ਟੀਮ ਨੂੰ ਬੇਨਤੀ ਆ। ਸਾਡੀ ਬੇਨਤੀ ਆ ਕਿਰਪਾ ਕਰਕੇ ਟੀਮਾਂ ਗਰਾਊਂਡ ਚ ਆ ਜਾਣ, ਘੱਲਾਂ ਦੀ ਟੀਮ ਆਵੇ ਜਲਦੀ ਗਰਾਊਂਡ ਦੇ ਵਿੱਚ। ਘੱਲਾਂ ਦੀ ਟੀਮ ਬੇਨਤੀ ਆ ਮੇਰੀ ਵੀ ਘੱਲਾਂ ਦੀ ਟੀਮ ਵੀ ਖੇਡ ਮੈਦਾਨ ਦੇ ਵਿੱਚ ਆ ਗਈ ਹੈ ਤੇ ਨਾਲ ਜਿਹੜਾ ਮੈਚ ਖੇਡਿਆ ਜਾਣਾ ਇੰਟਰੋਡਕਸ਼ਨ ਹੋਣੀ ਹੈ। ਇੰਟਰੋਡਕਸ਼ਨ ਹੋਵੇਗੀ ਦੋਨੇ ਪੰਚਾਇਤਾਂ ਤੇ ਨਾਲ ਜਿਹੜੇ ਸਾਡੀ ਪ੍ਰਬੰਧਕੀ ਕਮੇਟੀ ਹੈ, ਇੰਟਰੋ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਗੁਰੂਸਰ ਪ੍ਰਬੰਧਕ ਕਮੇਟੀ। ਹੈਲੋ ਵੀਰ, ਘੱਲ ਕਲਾਂ ਦੀ ਟੀਮ ਵੱਲੋਂ ਅੰਬੂ ਨੂੰ ਬੇਨਤੀ ਆ ਵੀ ਆਪਦੇ ਸਾਥੀ ਖਿਡਾਰੀ ਲੈ ਕੇ ਇੱਧਰ ਕਮੈਂਟਰੀ ਵਾਲਿਆਂ ਕੋਲ ਪਹੁੰਚੇ। ਆ ਜਿੱਥੇ ਆਪਣੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਫੋਟੋ ਲਾਈ ਆ, ਇੱਥੇ ਪਹੁੰਚੋ। ਵੀਰ ਅੰਬੂ ਨੂੰ ਬੇਨਤੀ ਆ ਕਿ ਇੱਥੇ ਸਾਡੇ ਕੋਲ ਆ ਕੇ ਰਿਪੋਰਟ ਕਰੇ। ਸਮੂਹ ਨਗਰ ਪੰਚਾਇਤ
ਸਾਡੀ ਬੇਨਤੀ ਆ ਵੀ ਜਿਹੜੀ ਇੰਟਰੋਡਕਸ਼ਨ ਹੋਣ ਜਾ ਰਹੀ ਹੈ ਗੁਰਦੁਆਰਾ ਗੁਰੂਸਰ ਪ੍ਰਬੰਧ ਕਮੇਟੀ ਤੇ ਨਾਲ ਸਾਡੇ ਨਗਰ ਦੀਆਂ ਪੰਚਾਇਤਾਂ ਉਹ ਜਾਣ ਪਹਿਚਾਣ ਕਰਨ ਦੇ ਲਈ ਜਾਣਗੇ ਖੇਡ ਮੈਦਾਨ ਦੇ ਵਿੱਚ ਇਹਨਾਂ ਪਲੇਅਰਾਂ ਦੇ ਨਾਲ ਜਾਣ ਪਹਿਚਾਣ ਹੋਵੇਗੀ ਸਾਡੇ ਨਗਰ ਦੇ ਜਿਹੜੀਆਂ ਸਨਮਾਨਯੋਗ ਸ਼ਖਸੀਅਤਾਂ ਨੇ ਨਾਲ ਗੁਰਦੁਆਰਾ ਗੁਰੂਸਰ ਪ੍ਰਬੰਧਕ ਕਮੇਟੀ ਵੱਡੇ ਜਿਹੜੇ ਆਦਰ ਸਤਿਕਾਰ ਬਖਸ਼ੇ ਜਾ ਰਹੇ ਨੇ ਇਹਨਾਂ ਟੀਮਾਂ ਦੇ ਲਈ ਸਾਡੀ ਬੇਨਤੀ ਹੈ ਆਤਮਾ ਕਿ ਜਿਹੜੀ ਜਾਣ ਪਹਿਚਾਣ ਹੋਵੇਗੀ ਟੀਮਾਂ ਲਾਈਨ ਅਪ ਹੋ ਜਾਣ ਰੈਫਰੀ ਵੀਰਾਂ ਨੂੰ ਬੇਨਤੀ ਆ ਵੀ ਚਮਕੌਰ ਟੀਮਾਂ ਨੂੰ ਲਾਈਨ ਅਪ ਕਰ ਲਓ ਜੀ ਮੈਚ ਸ਼ੁਰੂ ਕਰਵਾਈਏ ਆਪਾਂ ਇਕਬਾਲ ਸਿੰਘ ਜੀ ਜਿਹੜੀ ਜਾਣ ਪਹਿਚਾਣ ਕੀਤੀ ਜਾ ਰਹੀ ਹੈ ਦੋਨੇ ਟੀਮਾਂ ਫਾਈਨਲ ਦੀਆਂ ਟੀਮਾਂ ਨੇ ਇੱਕ ਪਾਸੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਕਲਾਂ ਦੀ ਟੀਮ ਹੈ ਦੂਜੇ ਪਾਸੇ ਟੀਮ ਜਿਹੜੀ ਉਹ ਕਹਿੰਦੇ ਵੀ ਬਾਬਾ ਹੀਰਾ ਦਾਸ ਦੀ ਯਾਦ ਦੇ ਵਿੱਚ ਬਣੀ ਹੋਈ ਟੀਮ ਹੈ ਮਾਲੇ ਦੀ ਟੀਮ ਹੈ ਟੌਪ ਦਾ ਮੈਚ ਖੇਡਿਆ ਜਾਣਾ ਖੇਡ ਮੈਦਾਨ ਦੇ ਵਿੱਚ ਦੋਨੇ ਟੀਮਾਂ ਟੌਪ ਦੇ ਪਲੇਅਰਾਂ ਦੇ ਨਾਲ ਲੈਸ ਟੀਮਾਂ ਨੇ ਟਾਈਮ ਇਹਨਾਂ ਦਾ ਦੱਸ ਦਿਓ ਜੀ ਕਿੰਨਾ ਟਾਈਮ ਹੈ ਇਹਨਾਂ ਦਾ ਇਹਨਾਂ ਦਾ ਟਾਈਮ ਦੱਸ ਦਿਓ ਜੀ ਕਿੰਨਾ ਹੈ ਨਾਲ ਮੇਰੀ ਬੇਨਤੀ ਹੈ ਵੀ ਰੇਡਰ ਬਾਕਸ ਦੇ ਵਿੱਚ ਹੀ ਖੜਨਗੇ ਹਾਂਜੀ ਕਰਮ ਸਿੰਘ ਜੀ ਰੇਡਰ ਬਾਕਸ ਦੇ ਵਿੱਚ ਖੜਨਗੇ ਮੇਰੀ ਬੇਨਤੀ ਹੈ ਰੇਡਰ ਬਾਕਸ ਦੇ ਵਿੱਚ ਖੜਨਗੇ ਕਰਮ ਸਿੰਘ ਕਬੱਡੀ ਖਿਡਾਰੀ ਗਿੱਲ ਨੰਬਰਦਾਰ ਵੱਲੋਂ ਬੋਲਦੀ ਬਾਈ ਮੈਂ ਫੜ ਲੈਣਾ ਸੁਰਿੰਦਰ ਸਿੰਘ ਗਿੱਲ ਨੰਬਰਦਾਰ ਵੱਲੋਂ 1000 ਰੁਪਿਆ ਘਲ ਕੇ ਡਿਊਟ 1000 ਰੁਪਿਆ ਸੁਰਿੰਦਰ ਸਿੰਘ ਜੀ ਗੱਲ ਨੰਬਰਦਾਰ ਸਾਹਿਬ ਉਹਨਾਂ ਵੱਲੋਂ 1000 ਰੁਪਇਆ ਘੱਲਾਂ ਦੀ ਟੀਮ ਦੇ ਲਈ ਤੇ 1000 ਰੁਪਇਆ ਮਾਲੇ ਦੀ ਟੀਮ ਦੇ ਲਈ ਗੱਲ ਸਾਹਿਬ ਅਸੀਂ ਧੰਨਵਾਦ ਕਰਦੇ ਤੁਹਾਡਾ ਕਮੈਂਟੇਟਰ ਸਾਹਿਬ ਟਾਈਮ ਦੱਸੋ ਪੁਆਇੰਟਾਂ ਦਾ ਕਿੰਨਾ ਦੇਣਾ ਜੀ ਇਹਨਾਂ ਨੂੰ ਕਮੇਟੀ ਨਾਲ ਫੈਸਲਾ ਕਰੋ ਥੱਲੇ ਜਿਹੜੀ ਬੇਨਤੀ ਹੈ ਸਾਡੀ ਵੀ ਮੈਚ ਸ਼ੁਰੂ ਕਰਵਾ ਦਿਓ ਕਿਰਪਾ ਕਰਕੇ ਸਾਢੇ 15 ਤੇ 16ਵਾਂ ਮੈਚ ਹੋਣਾ ਸਾਡੇ ਵੀਰ ਕਹਿੰਦੇ ਠੀਕ ਹੈ ਜੀ ਕਾਲਾ ਕਲੀ ਵਾਲਾ ਕਲੀ ਪਾਵੇ ਆ ਕੇ ਵੀ ਲੈਣਾ ਤੇ 16-16 ਰੇਡਾਂ ਟੀਮਾਂ ਧਿਆਨ ਦੇਣ ਜੀ 16-16 ਪੈਣੀਆਂ ਟੀਮਾਂ ਧਿਆਨ ਦੇਣ ਕਿਰਪਾ ਕਰਕੇ
ਨਾਲ ਹੀ ਸਾਡਾ ਵੀਰ ਰਾਜੂ ਮਨੀਲਾ ਉਹਦੇ ਵੱਲੋਂ ਕੱਲਾਂ ਵਾਲੇ ਜਾਫੀ ਜਿੰਨੇ ਜਾਫੇ ਲਾਉਣਗੇ ਉਹਨੇ 100-100 ਦਿੱਤੇ ਜਾਣਗੇ। ਰਾਜੇ ਸਾਡੇ ਵੀਰ ਦੀ ਯਾਦ ਦੇ ਵਿੱਚ ਬਾਈ ਗੋਰੇ ਵੱਲੋਂ ਨਾਦਰ ਸਿੰਘ ਦੇ ਪੋਤਰੇ ਵੱਲੋਂ 1000 ਰੁਪਈਆ ਜਿਹੜੀ ਟੀਮ ਜਿੱਤੂਗੀ ਉਹਨੂੰ ਦਿੱਤਾ ਜਾਣਾ ਹੈ। ਮੂਵ ਸਪਰੇ ਮੰਗਾ ਦੇ ਉੱਤੋਂ ਹੈਗੀ ਤੇ ਮੂਵ ਸਪਰੇ ਗਰਾਊਂਡ ਦੇ ਵਿੱਚ ਪਹੁੰਚਦੀ ਕਰ ਦਿੱਤੀ ਜਾਵੇ ਮੂਵ ਸਪਰੇ। ਗੁਰਦੁਆਰਾ ਕਮੇਟੀ ਵੱਲੋਂ ਬੇਨਤੀ ਹੈ ਦਰਸ਼ਕਾਂ ਨੂੰ ਹੱਥ ਜੋੜ ਤਾੜੀਆਂ ਮਾਰਨੀਆਂ ਨਾ ਚੱਕਾਂ। ਇੱਕ ਸਾਡੀ ਬੇਨਤੀ ਹੈ ਜਿਵੇਂ ਸੁਬਾਹ ਤੋਂ ਲੈ ਕੇ ਤੁਸੀਂ ਸਾਡਾ ਸਾਥ ਦਿੱਤਾ ਸਹਿਯੋਗ ਦਿੱਤਾ ਗੁਰਦੁਆਰਾ ਗੁਰੂਸਰ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਿਸੇ ਨੇ ਚੀਕਾਂ ਨਹੀਂ ਮਾਰਨੀਆਂ ਤਾੜੀਆਂ ਮਾਰਨੀਆਂ ਮੇਰੇ ਵੀਰ ਬੇਨਤੀ ਹੈ ਚੀਕਾਂ ਨਹੀਂ ਕਿਸੇ ਨੇ ਰੌਲਾ ਨਹੀਂ ਪਾਉਣਾ ਮੇਰੀ ਬੇਨਤੀ ਹੈ। ਮੈਚ ਸ਼ੁਰੂ ਕਰਵਾ ਦਿਓ ਜੀ, ਕਿਰਪਾ ਕਰਕੇ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ। ਮੈਚ ਸ਼ੁਰੂ ਕਰਵਾ ਦਿਓ ਜੀ, ਕਿਰਪਾ ਕਰਕੇ ਬੇਨਤੀ ਆ ਰੈਫਰੀ ਵੀਰਾਂ ਨੂੰ ਕੀ ਦੇ ਰਹੀਆਂ ਨੇ, ਮੈਚ ਸ਼ੁਰੂ ਕਰਵਾ ਦਿਓ ਕਿਰਪਾ ਕਰਕੇ। ਆਪਣਾ ਰੈਫਰੀ ਸਾਹਿਬ ਜਿਹੜੇ ਦਰਸ਼ਕ ਹੈ ਵਿੱਚ ਗਰਾਊਂਡ ਦੇ ਫਿਰਦੇ ਉਹਨਾਂ ਨੂੰ ਪਲੀਜ਼ ਬਾਹਰ ਬੇਨਤੀ ਕਰੋ ਜਾ ਬਣਗੇ, ਜਿਹੜੇ ਵਾਧੂ ਫਿਰਦੇ ਗਰਾਊਂਡ ਦੇ ਵਿੱਚ ਕਿਰਪਾ ਕਰਕੇ ਬਾਹਰ ਦਾਇਰੇ ਤੋਂ ਬਾਹਰ ਹੋ ਸਾਡੀ ਹੱਥ ਬੰਨ ਕੇ ਬੇਨਤੀ ਹੈ। ਸਾਡੀ ਲਓ ਸਾਹਮਣੇ ਦੇਖਦੇ ਵੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ। ਲਓ ਕਹਿੰਦੇ ਵੀ ਪਾਲ ਮਾਲੇ ਵਾਲਾ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਬੈਸਟ ਰੇਡਰ ਦੇ ਜਾਫੀ ਨੂੰ ਫਰਿੱਜਾਂ ਦਿੱਤੀਆਂ ਜਾਣੀਆਂ। ਲਓ ਸਾਹਮਣੇ ਦੇਖਦੇ ਵੀ 4 ਜਾਫੀ ਆ, ਇੱਕ ਪਾਸੇ ਕਹਿੰਦੇ ਵੀ ਦੇਵ ਸਿੰਘ ਪ੍ਰਧਾਨ ਦਾ ਪੁੱਤ ਹੈ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਸੋਨਾ ਕਹਿੰਦੇ ਵੀ ਸੁਖਦੇਵ ਸਿੰਘ ਦਾ ਸਪੁੱਤਰ ਹੈ। ਲਓ ਸਾਹਮਣੇ ਪਾਲ ਮਾਲੇ ਦੀ ਧਰਤੀ ਦਾ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਪੁਆਇੰਟ ਮਾਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਮਾਲੇ ਦੀ ਧਰਤੀ ਦਾ ਬਹੁਤ ਸੋਹਣੇ ਪੁਆਇੰਟ ਦਾ ਵਾਅਦਾ ਕਰਦਾ। ਲਓ ਸਾਹਮਣੇ ਕਹਿੰਦੇ ਵੀ ਤਕੜਾ ਜਾਫੀ ਰੱਖਦਾ ਦਮ ਇਹਨੂੰ ਡੱਕਣ ਦਾ, ਸ਼ੇਰ ਜਿੱਡਾ ਦਿਲ ਹੈ ਜੱਗੀ ਗੋਰਸੀਆ ਮੱਖਣ ਦਾ, ਸ਼ੇਰ ਜਿੱਡਾ ਦਿਲ ਹੈ ਜੱਗੀ ਗੋਰਸੀਆ ਮੱਖਣ ਦਾ। ਹੁਣ 4 ਜਾਫੀ ਹੈ, ਇੱਕ ਪਾਸੇ ਕਹਿੰਦੇ ਵੀ ਨੌਜਵਾਨ ਸ਼ਮਾ ਮਾਲੋ ਪਿੰਡ ਦਾ, 2 ਨੰਬਰ ਤੇ ਕਹਿੰਦੇ ਕਾਂਤਾ ਦੇ ਧੱਲੇ ਕੇ ਪਿੰਡ ਵਾਲਾ ਚਰਨਾ ਖੜਾ। ਲਓ ਸਾਹਮਣੇ ਜੱਗੀ ਦੀ ਪਾਈ ਸੀ ਕਬੱਡੀ, ਲਓ ਸਾਹਮਣੇ ਨੌਜਵਾਨ ਕੌਣ ਹੈ, ਨਹੀਂ ਰੀਸਾ, ਵਾਹ ਸੋਹਣਿਆ ਜੱਗੀ ਨੌਜਵਾਨ ਗੋਰਸੀਆ ਮੱਖਣ ਵਾਲਾ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਨਾਲ ਅਵੜੇ ਦੇ ਲਈ ਮਾਣ ਸਨਮਾਨ ਹੋਣਗੇ ਸਾਡੇ ਕੁਲਦੀਪ ਸਿੰਘ ਜੀ ਕਮੇਟੀ ਮੈਂਬਰ, ਉਹਨਾਂ ਵੱਲੋਂ ਨਾਅਰੇ ਵੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ, ਜਿੱਤੀ ਟੀਮ ਨੂੰ 1000 ਰੁਪਈਆ। ਲਓ ਸਾਹਮਣੇ ਕਹਿੰਦੇ ਵੀ ਨੌਜਵਾਨ ਮੰਗਲ ਕੱਲਾ ਦੀ ਧਰਤੀ ਦਾ, ਸਾਹਮਣੇ ਕਹਿੰਦੇ ਵੀ ਗੁੱਟ ਫੜ ਕੇ ਖੜ ਗਿਆ ਬਗੇਲੇ ਵਾਲਾ, ਨਾਅਰੇ ਦੀ ਪਾਈ ਹੋਈ ਕਬੱਡੀ ਤੇ ਲੱਗਦਾ ਹੋਇਆ ਟੌਰ ਦਾ ਜੱਫਾ, ਨਹੀਂ ਰੀਸਾ ਉਖੜੇ ਪੈਰ ਤੇ ਪੁਆਇੰਟ, ਕਹਿੰਦੇ ਵੀ ਨਾਅਰਾ ਬਗੇਲੇ ਵਾਲਾ ਆਪਣੀ ਟੀਮ ਨੇ ਜੋੜਦਾ ਹੋਇਆ। ਅੱਗੇ ਸਰਪੰਚ ਵੱਲੋਂ ਜਿੱਤੀ ਟੀਮ ਦੇ ਲਈ 100 ਰੁਪਈਆ, 100 ਰੁਪਈਆ ਜੱਗੀ ਗੋਰਸੀਆਂ ਦੇ ਲਈ ਸਾਡੇ ਵੀਰ ਗੋਰਾ ਬਾਬੇ ਨਾਦਰ ਸਿੰਘ ਦਾ ਪੋਤਰਾ ਉਹਦੇ ਵੱਲੋਂ ਹੈ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਇਸ ਵੇਲੇ ਹੁਣ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ, ਜੱਗੀ ਗੋਰਸੀਆਂ ਮੱਖਣ ਦੀ ਧਰਤੀ ਦਾ। ਲਓ ਕੀਤਾ ਚੰਨਣ ਵਾਲ ਪਿੰਡ ਦਾ ਇਸ਼ਾਰਾ ਕਰਦਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ। ਦਵਿੰਦਰ ਸਿੰਘ ਜੀ ਗਾਰਡ ਉਹਨਾਂ ਵੱਲੋਂ 1000 ਰੁਪਈਆ, ਜੇ ਕੋਈ ਜਾਫੀ ਲਗਾਤਾਰ 3 ਜਫੇ ਲਾਵੇਗਾ ਦਵਿੰਦਰ ਸਿੰਘ ਜੀ ਗਾਰਡ ਉਹਨਾਂ ਵੱਲੋਂ 1000 ਰੁਪਈਆ ਹੋਵੇਗਾ, ਜੇ ਕੋਈ ਜਾਫੀ ਲਗਾਤਾਰ 3 ਜਫੇ ਲਾਵੇਗਾ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਦਲਜੀਤ ਸਿੰਘ ਭਲਵਾਨ ਮਾਲੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਕਹਿੰਦੇ ਵੀ ਸੋਨਾ
ਕੱਲਾ ਵਾਲਾ ਕਰਦਾ ਕੋਸ਼ਿਸ਼ ਲਓ ਸਾਹਮਣੇ 100 ਰੁਪਇਆ ਕਹਿੰਦੇ ਵੀ ਇਸ ਜਾਫੀ ਦੇ ਲਈ ਹੈ ਲਓ ਸਾਹਮਣੇ 100 ਰੁਪਇਆ ਦਿੱਤਾ ਜਾਣਾ ਸਾਡੇ ਵੀਰ ਗੋਰੇ ਵੱਲੋਂ ਜਾਫਾ ਲੱਗ ਗਿਆ ਤੇ ਪੂਰੀ ਬੱਲੇ ਬੱਲੇ ਉਹਨੇ ਲੱਗਾ ਹੋਇਆ ਜ਼ੋਰ ਵੱਜਦੀਆਂ ਨੇ ਤਾੜੀਆਂ ਨਹੀਂ ਰੂਸਾ ਪੁਆਇੰਟ ਕਹਿੰਦੇ ਵੀ ਰੇਡਰ ਦੇ ਉਸੇ ਦਲਜੀਤ ਦੇ ਉਸੇ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਲਓ ਸਾਹਮਣੇ ਫਿਰ ਕਹਿੰਦੇ ਵੀ ਨੌਜਵਾਨ ਜੱਗੀ ਦੇ ਮਨ ਦੇ ਵਿੱਚ ਧਾਰਿਆ ਹੋਇਆ ਵੀ ਆਪਣੀ ਰਸੋਈ ਦੇ ਵਿੱਚ ਟਿਕਾਉਣੀ ਆ ਫਰਿੱਜ ਕਹਿੰਦੇ ਵੀ ਕੁਲਫੀਆਂ ਜੰਮਣੀਆਂ ਆਈਸਕ੍ਰੀਮ ਬਾਨੀ ਹੈ ਲਓ ਸਾਹਮਣੇ ਦੇਖਦੇ ਵੀ ਨੌਜਵਾਨ ਜੱਗੀ ਗੋਰਸੀਆਂ ਮੱਖਣ ਵਾਲਾ ਕਬੱਡੀ ਪਾ ਰਿਹਾ ਹੈ ਸਰਦਾਰ ਲਾਲ ਸਿੰਘ ਜੀ ਸਾਬਕਾ ਸਰਪੰਚ ਉਹਨਾਂ ਵੱਲੋਂ ਜਿੱਤਣ ਵਾਲੀ ਟੀਮ ਦੇ ਲਈ 1000 ਰੁਪਇਆ ਹੋਵੇਗਾ ਲਓ ਸਾਹਮਣੇ ਦੇਖਦੇ ਵੀ ਵਾਹ ਸੋਹਣੇ ਹੈ ਨਹੀਂ ਰੀਸ ਹੈ ਮਾਸਟਰ ਜੀ ਕਹਿੰਦੇ ਆ ਵੀ ਮਾਨ ਸਨਮਾਨ ਦੇਵਾਂਗੇ ਆਪਾਂ ਸ਼ੌਕਿਆਂ ਵਾਲੇ ਹੂਟਰ ਦਾ ਪਤਾ ਨਹੀਂ ਲੱਗਦਾ ਸਟਾਪ ਵਾਚ ਗਰਾਊਂਡ ਦੇ ਵਿੱਚ ਪਹੁੰਚਦੀ ਕਰ ਦਿੱਤੀ ਜਾਵੇ ਸਟਾਪ ਵਾਚ ਸਟਾਪ ਵਾਚ ਗਰਾਊਂਡ ਦੇ ਵਿੱਚ ਪਹੁੰਚਦੀ ਕਰ ਦਿੱਤੀ ਜਾਵੇ ਮੇਰੀ ਬੇਨਤੀ ਆ ਸਟਾਪ ਵਾਚ ਗਰਾਊਂਡ ਦੇ ਵਿੱਚ ਦੇ ਦਿਓ ਜੀ ਜਿਹਦੇ ਕੋਲੇ ਹੈ ਨਾਲ ਮੂਵ ਸਪਰੇ ਦੇ ਦਿਓ ਕਿਰਪਾ ਕਰਕੇ ਜਿਹਦੇ ਕੋਲੇ ਮੂਵ ਸਪਰੇ ਹੈ ਰੇਡਰਾਂ ਨੇ ਬਾਕਸ ਦੇ ਵਿੱਚ ਖੜਨਾ ਮੇਰਾ ਬਹੁਤ ਹੋ ਗਿਆ ਮੇਰੀ ਬੇਨਤੀ ਆ ਰੇਡਰਾਂ ਨੇ ਬਾਕਸ ਦੇ ਵਿੱਚ ਖੜਨਾ ਸਾਡੀ ਹੱਥ ਬੰਨ ਕੇ ਬੇਨਤੀ ਹੈ ਸਾਡੀ ਬੇਨਤੀ ਆ ਹੱਥ ਬੰਨ ਕੇ ਲਕਸ਼ਮਣ ਨੂੰ ਬੇਨਤੀ ਆ ਵੀ ਲਕਸ਼ਮਣ ਗੱਲ ਸੁਣਦੇ ਨੇ ਹੂਟਰੀ ਗਰਾਊਂਡ ਦੇ ਵਿੱਚ ਲੈ ਆਓ ਕਿਰਪਾ ਕਰਕੇ ਆ ਰਿਹਾ ਜੀ ਆ ਰਿਹਾ ਬੇਨਤੀ ਆ ਵੀ ਨਾਲ ਹੀ ਕੱਲਾ ਵਾਲੇ ਜਾਫੀ ਜਿੰਨੇ ਜਫੇ ਲਾਉਣਗੇ ਰਾਜੂ ਮਨੀਲਾ ਵੱਲੋਂ ਮਾਨ ਸਨਮਾਨ ਦਿੱਤਾ ਜਾਣਾ ਜੇਕਰ ਕੋਈ ਵੀ ਟੀਮ ਜਿੱਤਦੀ ਹੈ ਸਾਡਾ ਵੀਰ ਗੋਰਾ ਕਹਿੰਦਾ ਵੀ ਆਪਾਂ ਰਾਜੇ ਬਾਈ ਦੀ ਯਾਦ ਦੇ ਵਿੱਚ ਮਾਨ ਸਨਮਾਨ ਦੇਣਾ ਬੇਸ਼ੱਕ ਸਾਡਾ ਵੀਰ ਸਾਡੇ ਵਿੱਚ ਨਹੀਂ ਰਿਹਾ ਪਰ ਯਾਦਾਂ ਸਾਡੇ ਅੰਗ ਸੰਗ ਹੈ ਕਿ ਮਾਂ ਮਰੇ ਤਾਂ ਮੁੱਕ ਜਾਣ ਮਾਪੇ ਪਿਓ ਮਰੇ ਕਰ ਵਿਹਲਾ ਜਿਸ ਦਿਨ ਵੀਰ ਪਿਆਰੇ ਤੁਰ ਜਾਣ ਉੱਜੜ ਜਾਂਦਾ ਇਹ ਮੇਲਾ ਰਾਜੇ ਦੀ ਯਾਦ ਦੇ ਵਿੱਚ ਮਾਨ ਸਨਮਾਨ ਦਿੱਤੇ ਜਾ ਰਹੇ ਆ ਮੈਂ ਵੀ ਨੌਜਵਾਨਾਂ ਹੁਣ ਬੱਲੇ ਬੱਲੇ ਹੋਣੀ ਵਾਲੇ ਸਾਹਮਣੇ ਦੇਖਦੇ ਵੀ ਜਿਹੜੇ ਚਾਰ ਜਾਫੀ ਇੱਕ ਪਾਸੇ ਨੌਜਵਾਨ ਕਹਿੰਦੇ ਵੀ ਮੰਗਲ ਹੈ ਕੱਲਾ ਦੀ ਧਰਤੀ ਦਾ ਸਰਦਾਰ ਦੇਵ ਸਿੰਘ ਦਾ ਪ੍ਰਧਾਨ ਦਾ ਪੁੱਤ ਹੈ ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਸੋਨਾ ਪੁਆਇੰਟ ਕਹਿੰਦੇ ਵੀ ਪਾਲ ਮਾਲੇ ਵਾਲੇ ਦੇ ਹਿੱਸੇ ਜੁੜਦਾ ਹੋਇਆ ਪਾਲ ਦੇ ਹਿੱਸੇ ਬੜੇ ਵਧੀਆ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਜੇ ਜਿਗਰੇ ਹੇੜੀ ਤਾਂ ਰਾਜਪ੍ਰੀਤ ਦੀਪੇ ਟੈਂਪੂ ਵਾਲੇ ਦਾ ਜਿਹੜਾ ਬੇਟਾ ਉਹ ਕਿਰਪਾ ਕਰਕੇ ਘਰੇ ਚਲਾ ਜਾਵੇ ਮੇਰੀ ਬੇਨਤੀ ਹੈ ਲਓ ਸਾਹਮਣੇ ਕਹਿੰਦੇ ਵੀ ਜੱਗੀ ਗੋਰਸੀਆਂ ਮੱਖਣ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਹੁਣ ਕਹਿੰਦੇ ਵੀ ਚਾਰ ਜਿਹੜੀਆਂ ਕੰਧਾਂ ਖੜ ਦਿੱਤੀਆਂ ਨੇ ਸਾਹਮਣੇ ਲਓ ਸਾਹਮਣੇ ਦੇਖਦੇ ਹਾਂ ਵੀ ਨੌਜਵਾਨ ਇਸ ਵੇਲੇ ਲੱਗਦਾ ਹੋਇਆ ਤਕੜਾ ਜਾਫਾ ਕੁਲਦੀਪ ਇਹ ਕਹਿੰਦੇ ਵੀ ਕਾਂਤਾ ਮਾਲੇ ਦੀ ਧਰਤੀ ਦਾ ਲਓ ਸਾਹਮਣੇ ਕਾਂਤਾ ਮਾਲੇ ਦੀ ਧਰਤੀ ਦਾ ਲਾ ਤਕੜਾ ਜਾਫਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਕਾਂਤਾ ਮਾਲੇ ਦੀ ਧਰਤੀ ਦਾ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ ਮਾਸਟਰ ਜੀ ਕਹਿੰਦੇ ਵੀ ਜੇ ਮੰਗਲ ਜਾਫਾ ਲਾਵੇ ਕਹਿੰਦੇ 500 ਦੇਵਾਂਗੇ ਰਾਜੇ ਵੱਲੋਂ ਤੇ ਗੋਰੇ ਵੱਲੋਂ ਬਾਬੇ ਨਾਜਰ ਸਿੰਘ ਦੇ ਪੋਤਰਿਆਂ ਵੱਲੋਂ 1000 ਰੁਪਇਆ ਜੇ ਸੋਨਾ ਜਾਫਾ ਲਾਵੇ ਲੈ ਵੀ ਸੋਨੇ ਜੇ ਮੰਗਲ ਜਾਫਾ ਲਾਵੇ 500 ਰੁਪਇਆ ਦੇਣਾ ਸਾਡੇ ਮਾਸਟਰ ਜੀ ਜੇ ਸੋਨੇ ਨੇ ਜਾਫਾ ਲਾਤਾ ਤੇ ਗੋਰੇ ਨੇ 1000 ਰੁਪਇਆ ਦੇਣਾ ਲਓ ਸਾਹਮਣੇ ਦੇਖਦੇ ਆ ਵੀ ਨੌਜਵਾਨ ਕਹਿੰਦੇ ਵੀ ਜੱਗੀ ਗੋਰਸੀਆ ਮੱਖਣ ਵਾਲਾ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਜੇ ਜਿਗਰੇ ਹੈ ਨਹੀਂ ਤਾਂ ਕੀ ਕਰਨੇ ਜਿਸਮ ਹੱਟੇ ਤੇ ਕੱਟੇ ਉਹ ਕਾਮਯਾਬ ਨਹੀਂ ਹੁੰਦੇ ਜਿਹੜੇ ਲਾਉਂਦੇ ਰੱਟੇ ਕਾਗਜ਼ ਵੀ ਆਪ ਨਹੀਂ ਫੜਦੇ ਲਿਖ ਲਿਖ ਕੇ ਉਹਨਾਂ ਨੂੰ ਫਾੜਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ ਰਾਜੂ ਮਨੀਲਾ ਵੱਲੋਂ ਜੱਗੀ ਦੇ ਲਈ 100 ਰੁਪਇਆ ਪੁੱਜਾ ਆਪਾਂ ਧੰਨਵਾਦ ਕਰਦੇ ਹਾਂ ਮੰਗਲ ਜਫਾ ਲਾਵੇ ਤੇ 500 ਰੁਪਇਆ ਮਾਸਟਰ ਜੀ ਕਹਿੰਦੇ ਆਪਾਂ ਦੇਵਾਂਗੇ ਜੇ ਸੋਨੇ ਨੇ ਜਫਾ ਲਾਇਆ ਤੇ ਗੋਰਾ ਕਹਿੰਦਾ ਆਪਾਂ ਦੇਣਾ 1000 ਰੁਪਇਆ ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਪਾਲ ਮਾਲੇ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਨਾਲ ਹੀ ਦਰਸ਼ਕ ਵੀਰਾਂ ਨੂੰ ਬੇਨਤੀ ਵੀ ਜਾਲ ਨਹੀਂ ਧੱਕਣਾ ਕਿਸੇ ਨੇ
नाल ही 500 रुपया साडा वीर गोड़ा भेजदा पंजाबी बोलन दे खुश होके आपां धन्नवाद करदे आ। लो सामने जग्गी दी पाई हुई कबड्डी खेड मैदान दे विच जग्गी गोड़ सी आ मक्खन वाला कहंदे वी फ्रिज ते कब्जा करन नूं फिरदा हुण देखांगे वी फ्रिज किधर नूं जांदी आ। एक पासे कहंदे वी लुधियाना जिला इस नौजवान दा जग्गी गोड़ सी आ मक्खन वाला कबड्डी पा रहा। लो सामने देखदे आ वी नौजवान जे मंगल ने जफा लाता तो मास्टर जी कहंदे 1000 दे देना है ते जे सोने ने जफा लाता साडा वीर गोरा कहंदा भी 1000 मैं देना है। लाओ भी पूरी बल्ले बल्ले है नाल राजू मनीला कहंदा भी कल्ला वाले सोना ते अंबू जिन्ने जफे लाउणगे उन्ने मान सम्मान होणगे। लाओ सामने देखदे भी पाल कबड्डी पा रहे हैं खेड मैदान दे विच पाल दी पाई हुई कबड्डी जे इस पॉइंट ते जफा लग गया लाओ भी नौजवाना 1000 रुपया दित्ता जाणा है। मास्टर जी 1000 रुपया देणगे मास्टर साहूकियां वाले 1000 रुपया देणगे कल्ला वाले मंगल दे लई 1000 दे नाल 100 रुपया साडे सत्कारयोग राजू मनीला जी उन्हां वल्लों है आपां विशेष तौर ते धन्नवाद करदे हां। 1000 रुपया कल्ला वाले लाओ सामने कहिंदे भी चरना ਧੱਲੇ ਕੇ ਧਰਤੀ ਦਾ ਕਹਿੰਦੇ ਵੀ ਲੱਗਾ ਹੋਇਆ ਜੋਰ ਮੇਰੀ ਰੂਸਾ ਇੱਕ ਪਾਸੇ ਮਾਲੇ ਦੀ ਟੀਮ ਹੈ ਧੱਲੇ ਕੇ ਮਾਰੇ ਚਰਨੇ ਦੇ ਉਸੇ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਧੱਲੇ ਕੇ ਦੀ ਟੀਮ ਦੇ ਲਈ ਕਹਿੰਦਾ ਵੀ ਚਰਨਾ ਨਾ ਜੀ ਬਣਾ ਧੱਲੇ ਕੇ ਪਿੰਡ ਦਾ ਜੀਣੇ ਹੁਣ ਜਸਾ ਲਾਇਆ ਗੋਰੇ ਵੱਲੋਂ ਚਰਨੇ ਦੇ ਲਈ 500 ਰੁਪਇਆ ਆਪਾਂ ਧੰਨਵਾਦ ਕਰਦੇ ਆ ਚਰਨੇ ਦੇ ਲਈ 500 ਰੁਪਇਆ ਸਾਡੇ ਵੀਰ ਗੋਰਾ ਰਾਜਾ ਬਾਬੇ ਨਾਗੋ ਸਿੰਘ ਦੇ ਪੋਤਰੇ ਉਹਨਾਂ ਵੱਲੋਂ ਹੈ। रौला नहीं पाना रौला नहीं पाना मेरी बेनती है रौला नहीं पाना रौला नहीं पाना मेरी बेनती है रौला नहीं पाना मेरी बेनती है। हेलो चमकौर सिंह बाबा यूएसए वालों सोने नु ते मंगल नु 500 रुपया भेजा जांदा जी धन्यवाद जी। लो सामने देखदे आ भी हुण नौजवान उस वेले पाल कबड्डी पा रहे आ खेड मैदान दे विच लो भी देखदे आ भी सामने हुण नौजवान कहंदे भी सोना 1000 रुपया दित्ता जाणा गोरे वालों। लो सामने देखदे भी नहीं रीस है पॉइंट कहंदे भी पाल दे उसे जुड़दा होया पॉइंट माले दी टीम दे उसे जुड़दा होया। दर्शक वीरो एक बारी बेनती है जे मैच दा आनंद आ रहा ताड़ी मारो जोर नाल एक ताड़ा मार दो मेरी बेनती है। वाकई कहंदे भी कल्ला दी धरती ते मैं पहला गल कीती सी भी इतिहास रचिया जाणा अज वाकई कहंदे भी इतिहास रचण वाली गल है। नाल साडे वीर गगन नूं मान सम्मान भेजदे मैं धन्नवाद करदा साडा वीर गगन कहंदे भी मान सम्मान भेजदा ਧੱਲੇ ਕੇ ਵਾਲੇ ਚਰਨੇ ਦੇ ਲਈ। ਲਓ ਸਾਹਮਣੇ ਦੇਖਦੇ ਵੀ ਗਗਨ ਜਲਾਲਵਾੜਾ ਵਾਲੇ ਵਧੀਆ ਪੁਆਇੰਟ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਲਈ। ਹੁਣ ਦੇਖਾਂਗੇ ਵੀ ਅਗਲੀ ਕਬੱਡੀ ਨਾਰਾ ਬਗੇਲੇ ਦੀ ਧਰਤੀ ਦਾ सामने देखते भी नारा बघेले वाला नौजवान कबड्डी पा रहा खेड मैदान के विच नारा बघेले की धरती का चार जासी एक पासे कहंदे भी नौजवान अमनदीप सिंह अंबू करम सिंह का सपुत्र है नाल कहंदे भी सामने देखते भी आ जासी जी मैं गल की अंबू कल्ला की धरती का ते नाल कहंदे भी नारा बघेले वाला कबड्डी पाती हुई खेड मैदान के विच है। मैं सामने देखते हैं भी नौजवान नारा नहीं रिस्सा है 1000 रुपया साढ़े वीर नाल ही 100 रुपया साढ़े राजू मनीला जी वो जाफी के लिए भेजते आप धन्नवाद करते हैं। लाओ सामने देखते हैं भी नौजवान इस वेले जग्गी गोर सिया मक्खन वाला कबड्डी पा रहा खेड मैदान के विच जग्गी गोर सिया मक्खन वाला सामने कहते भी चार जाफी है फिर मान सम्मान देंगे मास्टर जी। हैलो मंगल जफा लावेगा केवल वालों अंबू नू 100 रुपया केवल वालों अंबू नू 100 रुपया दिता जाता जी। लाओ सामने जग्गी गोर सिया मक्खन वाला बड़े वधिया पॉइंट का वाधा करता हुआ अपनी टीम के लिए जे मंगल जफा लावे तो बड़े मान सम्मान देंगे मास्टर जी साढ़े साहूकियां वाले नाल राजू मनीला गोरा साडा वीर ते राजा वह कहते भी मान सम्मान देवे जी जफे जफे लगनगे। लाओ सामने देखते भी पाल कबड्डी पा रहे हैं नाल साडा वीर कुलदीप कलेटी मैंबर है वह भी कहता अमला जफा लावे तो मान सम्मान देवे। लाओ सामने देख रहे हैं भी नौजवान कहते भी मंगल ਕਾਲੀ ਵਾਹ ਸੋਹਣੇ ਨਹੀਂ ਰੁਸਾ ਮੇਲਾ ਲੁੱਟ ਲਿਆ ਕਹਿੰਦੇ ਵੀ ਦੇਵ ਸਿੰਘ ਪ੍ਰਧਾਨ ਦੇ ਪੁੱਤ ਨੇ ਦੋ ਜੱਫੇ ਲਾਉ ਸਾਹਮਣੇ ਕਹਿੰਦੇ ਵੀ ਮੇਲਾ ਲੁੱਟ ਲਿਆ ਕੱਲਾ ਵਾਲੇ ਦਿਸ਼ੇ ਪੰਡਤ ਮੰਗਲ ਸਿੰਘ ਦੇ ਮੰਗਲ ਨੂੰ ਜੀ ਲਾਉ ਸਾਹਮਣੇ ਜੱਗੀ ਕਹਿੰਦੇ ਵੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਜੱਗੀ ਦੀ ਪਾਈ ਹੋਈ ਕਬੱਡੀ ਹੈ ਹੁਣ ਸਾਹਮਣੇ ਚਾਰ ਜਾਫੀ ਦੇਖਾਂਗੇ ਵੀ ਕਿਹੋ ਜਿਹਾ ਕਮਾਲ ਕਰਦੇ ਨੇ। लो जग्गी गोर सिया मक्खन वाला बहुत बढ़िया पॉइंट का वाधा करता अपनी टीम के लिए जग्गी गोर सिया मक्खन वाला
लो सामने नौजवान कहते भी दलजीत सिंह पलवान की पाई हुई कबड्डी खेड मैदान के बीच लो सामने देखते भी नौजवान जिहड़ा पॉइंट दलजीत माले वाले के उसे है माले वाले दलजीत के उसे पॉइंट का वाधा होता हुआ खेड मैदान के बीच अज कहते भी पूरी बल्ले बल्ले आ खेड मैदान के बीच आपा धन्यवाद करते हैं गुरुद्वारा गुरुसर प्रबंधक कमेटी रौला नहीं पाउणा बेनती है किसी ने किंतु परंतु नहीं करनी मेरी बेनती है हाथ बन के मैच पूरा जोबन पे है क्योंकि सुबह तो लैके कोई रौला नहीं पाया मेरी बेनती है लो सामने जफा कहते भी लगता हो बड़े आदर सत्कार बख्शे जा रहे हैं टॉप का जफा खेड मैदान आप रौला नहीं पाना मेरी बेनती है रौला नहीं पाना हाथ बन के बेनती है गल निकी जी निकी जी रहने दो रौला नहीं पाना मेरी बेनती है हाथ बन के रौला नहीं पाना मेरी बेनती है ये कहते भी गुरु महाराज की बख्शी हुई कृपा क्योंकि मैच जरा मुकाबले निर्विघन सिरे चढ़ रहे आप रौला नहीं पाना गुरुद्वारा गुरुसर प्रबंधक कमेटी वालों बेनती है भी आप किसी ने रौला नहीं पाना मेरी बेनती है हाथ बन के बहुत सामने नौजवान कहते भी पाल कबड्डी पा रहा खेड मैदान हूँ चार जाफी है बहुत सामने नौजवान कौन है ये कहते भी मंगल है कलों की धरती का कहते भी ये नौजवान ने धक्के भाड़े ने बहुत सामने देखते भी मंगल कलों वाला कर रहा कोशिश पॉइंट कहते भी रेडर के हिस्से है पॉइंट माले की टीम के हिस्से जुड़ता हुआ खेड मैदान सामने देखते भी नौजवान जग्गी गोर सिया मक्खन वाला कहते भी कबड्डी पा रहा खेड मैदान जग्गी गोर सिया मक्खन वाले की पाई हुई कबड्डी है कहते भी लुधियाना जिला इस नौजवान खिलाड़ी का 35 लाख आबादी है 913 पिंड है लो सामने देखते भी लुधियाने वाला नौजवान जग्गी गोर सिया मक्खन वाला वाह सोने है नहीं रूस पॉइंट कहते भी कला भी टीम के हिस्से जुड़ता हुआ खेड मैदान लुधियाना जिला कहते भी नौजवान का बेकाबू ही पीड़ है इतने बेकाबू ही लाना लुधियाने का नाम बदल के रख दियो आटो खाना लुधियाने का नाम बदल के रख दियो आटो खाना लो सामने पाल कबड्डी पा रहे हैं कला की टीम का जोड़ा भी जाफी जाफा लाएगा 100 रुपया साढ़े भी राजू मरीला वालों मान सम्मान दिए जाएंगे गोरा तो राजा साढ़ा वीर है लो सामने देखते हैं भी नहीं रूस लो लगता हुआ जट जफा एक पासे कहते भी माले वाला दूजे पासे कहते भी कला की धरती का लो दुनिया नचू नहीं रूस एनू जफा कहते हैं एनू जफा कहते हैं एनू जफा कहते हैं बल्ले बल्ले करवाती करम सिंह के सपुत्र ने आज कहते भी मुबारकबाद है करम सिंह बल्ले बल्ले करवाती तेरे पुत्र ने और वाकई जिन्हिया भी घर के बुरी मजा ने हवाले कर दी अजे बड़े मान सम्मान बख्शी जा रहे मान सम्मान बख्शी जा रहे जिन्हें जफे लगन गए साडे वीर वालों मान सम्मान दिए जाएंगे आप धन्यवाद करते हैं लाल सिंह जी सरपंच साहब लाल सिंह जी सबका सरपंच उन्होंने वालों अंबू के लिए जेडे 500 रुपया भेजा गया आप धन्यवाद करते हैं 1000 रुपया अंबू जफा ला रहे थे गोरा साडा वीर कहना 1000 रुपया देवे आप लो सामने देखते हैं भी नौजवान दलजीत कबड्डी पा रहे हैं लो सामने सोना कहते भी कलों की धरती का सरदार सुखदेव सिंह का सपुत्र है कहते भी रिचमंड वाले ने चोण की है कुलदीप भी साडा वीर कहना मान सम्मान देने हैं सीते वालों अंबू के लिए 200 रुपया 100 रुपया बोर्ड वालों है लो सामने लगता हुआ तकड़ा जफा खेड मैदान के बीच लो देखते भी जो 300 रुपया हो गया कला की टीम का साढ़े राजू मरीला ने देना है 1000 रुपया साढ़े सुरेंद्र सिंह जी गल नंबरदार साहब नाल ही दविंदर सिंह जी साढ़े सत्कारयोग है उन्होंने भी मान सम्मान भेजे ने आप धन्यवाद करते हैं लो सामने कहते भी गगन जलाल की धरती का
ਟੱਲੇ ਕੇ ਪਿੰਡ ਵਾਲਾ ਚਰਨਾ ਕਹਿੰਦੇ ਵੀ ਜੱਫਾ ਨਹੀਂ ਲਾ ਸਕੇ ਆ ਔਰ ਪੁਆਇੰਟ ਕਹਿੰਦੇ ਵੀ ਰੇਡਰ ਦੇ ਉਸੇ ਹੈ ਅਗਲੀ ਕਬੱਡੀ ਕਹਿੰਦੇ ਵੀ ਨਾਰਾ ਬਘੇਲੇ ਦੀ ਧਰਤੀ ਦਾ ਸਾਹਮਣੇ ਕਹਿੰਦੇ ਵੀ ਨਾਰਾ ਬਘੇਲੇ ਵਾਲਾ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਹੁਣ ਦੇਖਾਂਗੇ ਵੀ ਚਾਰ ਜਾਫੀ ਹੈ ਚਾਰ ਜਾਫੀਆਂ ਦੇ ਵਿੱਚੋਂ ਪੌਣ ਡੱਕੂ ਕਿ ਫੋਟਾ ਵਾਹਵਾ ਨਹੀਂ ਕਰੀਦਾ ਇਹਨੇ ਤਾਰੇ ਤੋੜਨ ਦਾ ਛਾਤੀ ਦੇ ਵਿੱਚ ਦਮ ਰੱਖੋ ਲੋਕੋ ਭਾਜੀਆਂ ਮੋੜਨ ਦਾ ਛਾਤੀ ਦੇ ਵਿੱਚ ਦਮ ਰੱਖੋ ਲੋਕੋ ਭਾਜੀਆਂ ਮੋੜਨ ਦਾ ਨਾਰਾ ਬਘੇਲੇ ਵਾਲਾ ਕਹਿੰਦੇ ਵੀ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਕਿ ਖੇਡਣੀ ਹੋਵੇ ਕਬੱਡੀ ਮਿੱਤਰੋ ਵੈਲ ਕੋਈ ਨਹੀਂ ਲਾਈਦਾ ਪੋ ਮਾਗ ਵਿੱਚ ਛੱਡਣਾ ਪੈਂਦਾ ਕਹਿੰਦੇ ਨਿਗਰ ਜਾਈਦਾ ਤੇ ਜੇ ਠਾੜ ਵਿੱਚ ਸਹਿਣੀ ਪੈਂਦੀ ਧੁੱਪ ਦੀ ਮਾਰ ਮਿੱਤਰੋ ਬਾਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਬਾਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਇੱਕ ਬੱਡੀ ਘਾਲਣਾ ਘਾਲਣੀ ਪੈਂਦੀ ਹੈ ਇੱਕ ਬੱਡੀ ਤਪੱਸਿਆ ਕਰਨੀ ਪੈਂਦੀ ਹੈ ਰੁਪਈਆ ਸੌ ਦਿੱਤਾ ਜਾਣਾ ਹੈ ਹਵੇ ਜੋ ਰੈਫਰੀ ਨੇ ਫੈਸਲਾ ਕੀਤਾ ਉਹ ਅਟਲ ਮੰਨਿਆ ਜਾਣਾ ਹੈ ਰੈਫਰੀ ਨੂੰ ਪਰੇਸ਼ਾਨ ਨਾ ਕਰੋ ਕਮੇਟੀ ਵੱਲੋਂ ਖਿਡਾਰੀਆਂ ਨੂੰ ਬੇਨਤੀ ਹੈ ਕਿ ਜੋ ਰੈਫਰੀ ਨੇ ਫੈਸਲਾ ਦਿੱਤਾ ਉਹ ਅਟਲ ਹੈ ਰੌਲਾ ਨਹੀਂ ਪਾਉਣਾ ਮੈਚ ਸ਼ੁਰੂ ਕਰਵਾ ਦਿਓ ਕਬੱਡੀ ਪਾ ਦਿਓ ਜੀ ਫੈਸਲਾ ਰੈਫਰੀਆਂ ਨੇ ਜਿੰਨਾ ਸਾਡੇ ਵੀਰ ਕਹਿੰਦੇ ਮੇਰੀ ਬੇਨਤੀ ਹੈ ਵੀ ਕਬੱਡੀ ਪਵਾ ਦਿਓ ਕਿਰਪਾ ਕਰਕੇ ਮੈਚ ਸ਼ੁਰੂ ਕਰਵਾ ਦਿਓ ਜੀ ਮੈਚ ਹਾਂਜੀ ਜੋ ਰੈਫਰੀ ਨੇ ਫੈਸਲਾ ਕਰਤਾ ਉਹ ਬਿਲਕੁਲ ਠੀਕ ਮੰਨਿਆ ਜਾਊਗਾ ਇਹ ਰੈਫਰੀ 'ਤੇ ਕਿਸੇ ਕਿਸਮ ਦਾ ਕੋਈ ਦਬਾਅ ਨਾ ਪਾਇਆ ਜਾਵੇ ਖਿਡਾਰੀ ਵੀਰਾਂ ਨੂੰ ਬੇਨਤੀ ਕਿ ਜੋ ਰੈਫਰੀ ਨੇ ਫੈਸਲਾ ਕੀਤਾ ਉਹ ਠੀਕ ਅਟਲ ਮੰਨਿਆ ਜਾਣਾ ਬੇਨਤੀ ਹੈ ਵੀ ਜਿਹੜੇ ਸਾਡੇ ਵੀਰ ਪ੍ਰਬੰਧਕ ਆਪ ਫੈਸਲਾ ਲੈ ਲੈਣਗੇ ਮੇਰੀ ਬੇਨਤੀ ਹੈ ਵੀ ਆਪਾਂ ਕਿਸੇ ਨੇ ਇੰਟਰਫੇਅਰ ਨਹੀਂ ਕਰਨਾ ਬੇਨਤੀ ਹੈ ਸਾਡੇ ਪ੍ਰਬੰਧਕ ਵੀਰ ਆਪ ਫੈਸਲਾ ਲੈ ਲੈਣਗੇ ਮੇਰੀ ਬੇਨਤੀ ਹੈ ਹੈਲੋ ਜੀ ਦੇਖੋ ਜੋ ਰੈਫਰੀ ਨੇ ਫੈਸਲਾ ਕੀਤਾ ਠੀਕ ਹੈ ਜੇ ਮੈਚ ਸਮਾਪਤ ਹੋਵੇ ਤਾਂ ਪੁਆਇੰਟ ਅਨਾਊਂਸ ਕਰ ਦਿਓ ਜੇ ਭਾਈ ਹਾਂਜੀ ਹਾਂਜੀ ਬੋਲੋ ਬਾਈ ਜੀ ਕਮੇਟੀ ਦਾ ਫੈਸਲਾ ਜੋ ਰੈਫਰੀ ਫੈਸਲਾ ਕਰੂਗਾ ਉਹ ਟੱਲ ਮੰਨਿਆ ਜਾਊਗਾ ਪੁਆਇੰਟ ਅਨਾਊਂਸ ਕਰੋ ਜੇ ਮੈਚ ਖਤਮ ਹੋ ਗਿਆ ਪਤਾ ਲੱਗੇ ਜੀ ਜੇ ਮੈਚ ਖਤਮ ਹੋ ਚੁੱਕਿਆ ਤਾਂ ਪੁਆਇੰਟ ਅਨਾਊਂਸ ਕਰ ਦਿਓ ਡਾਕਟਰ ਲੱਕੀ ਸ਼ਰਮਾ ਜੀ ਜਿੱਥੇ ਮੇਰੀ ਆਵਾਜ਼ ਸੁਣਦੇ ਹੋਣ ਉਹ ਸਟੇਜ 'ਤੇ ਪਹੁੰਚਣ ਆਪਣੇ ਖਿਡਾਰੀ ਦੇ ਕਿਤੇ ਸੱਟ ਲੱਗ ਗਈ ਹੈ ਡਾਕਟਰ ਲੱਕੀ ਸ਼ਰਮਾ ਜੀ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਸਟੇਜ 'ਤੇ ਪਹੁੰਚਣ ਜੇ ਆਵਾਜ਼ ਸੁਣਦੇ ਹੋਣ ਤਾਂ ਕਿਸੇ